ਭਾਜੀ ਜਦੋਂ ਦਾ ਮੈਂ ਦੇਖਦਾ ਪਿਆ ਟੇਢੀ ਪੱਗ ਵਾਲੇ ਚ ਦੇਖ ਲੋ ਤੇ ਭਾਜੀ ਨੂੰ ਭਾਵੇਂ ਮੁੰਦਰੀ ਗਾਣੇ ਚ ਦੇਖ ਲੋ ਐ ਜ਼ਿੱਟੀ ਸੀ ਪਏ ਇਹਦੇ ਪਿੱਛੇ ਕੀ ਰਾਸ ਕੀ ਮੈਂ ਰੇਖਾ ਜੀ ਨੂੰ ਦੇਖੀ ਜਾਣਾ ਪੁਰਾਣੀ ਐਕਟ ਉਹ ਹੀ ਜੀ ਅੱਜ ਕੱਲ ਤਾਂ ਚਲੋ ਮਿਲੀਅਨਾਂ ਦੀ ਦੌੜ ਲੱਗ ਗਈ 50-60 ਮਿਲੀਅਨ ਕੀਤੇ ਹੁੰਦੇ ਆ ਗਾਣਾ ਤੀਜੇ ਬੰਦੇ ਨੂੰ ਨਹੀਂ ਪਤਾ ਹੁੰਦਾ ਆਦੀ ਵੀਡੀਓ ਨੂੰ ਪੁੱਛਿਆ ਵੀ ਗਾਣਾ ਆਇਆ ਸੀ ਇਹ ਤੇ ਗਾਉਣ ਵਾਲਾ ਉਹ ਆ ਜਿਹਨੂੰ ਪ੍ਰੋਗਰਾਮ ਬੁੱਕ ਹੋਣ ਮੁੰਡਾ ਤੇ ਕੁੜੀ ਆਏ ਕਹਿੰਦੇ ਬਹੁਤ ਵੱਡੇ ਫੈਨ ਆ ਭਾਜੀ ਮੈਂ ਕਿਹਾ ਸ਼ਰਮੇ ਬਹੁਤ ਚੜ੍ਹ ਗਈ ਆ ਵੀ ਕੁੜੀ ਤੇ ਮੁੰਡਾ ਖੁਦ ਆਏ ਨੇ ਯਾਰ ਗਏ ਹੁਣ ਮੁੰਡਾ ਕੁੜੀ ਨੂੰ ਅਸੀਂ ਕਿੱਥੋਂ ਲੱਭੀਏ ਜਾਂ ਤਾਂ ਕੋਈ ਹੋਵੇ ਹੋਰ ਤੀਜਾ ਬੰਦਾ ਅਸੀਂ ਬੈਠੇ ਰਹੇ ਨਾ ਤਾਂ ਕੋਈ ਕਹੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਉੱਥੇ ਤੇ ਜਿਹੜਾ ਮਾਹੌਲ ਸੀ ਉਹ ਵੀ ਕੋਈ ਖੁਸ਼ਗਵਾਰ ਜਾਣਾ ਮੁੰਡੇ ਕੋਲ ਕਹਿੰਦਾ ਬਾਈ ਜੀ ਸ਼ਗਨ ਪਊਗਾ ਉਹੀ ਦੇਊਂਗਾ ਤੈਨੂੰ ਚਾਦਰੇ ਚੂਦਰੇ ਬੰਨੇ ਹੋਏ ਮੁਕਤਸਰ ਵੱਲੋਂ ਆ ਗਏ 4-5 ਬਜ਼ੁਰਗ ਉਹਨੇ ਨਾ ਟਾਕੀ ਖੋਲੀ ਮੈਟਾਡੋਰ ਦੀ ਉਹਨੇ ਮੂਹਰੇ ਤੋਂ ਲੈ ਕੇ ਪਿੱਛੇ ਤੱਕ ਐਨ ਇਕੱਲੇ ਇਕੱਲੇ ਬੰਦੇ ਵੱਲ ਦੇਖਿਆ ਮੇਰੇ ਵੱਲ ਵੀ ਦੇਖੇ ਵੀ ਸਿੰਗਰ ਜਿਹਾ ਬਣਿਆ ਬੈਠਾ ਵੀ ਠੀਕ ਆ ਮੈਨੂੰ ਕਹਿੰਦਾ ਕਹਿੰਦਾ ਤੁਹਾਡੇ 'ਚ ਕੋਈ ਜ਼ਿੰਮੇਵਾਰ ਬੰਦਾ ਹੈਗਾ ਜਿਹਨੂੰ ਅਸੀਂ ਪੈਸੇ ਦੇ ਸਕੀਏ ਸਤਿ ਸ਼੍ਰੀ ਅਕਾਲ ਜੀ ਪਿਟਾਰਾ ਅਨਫਿਲਟਰ ਦੇ ਨਵੇਂ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਅਵਤਾਰ ਸਿੱਧੂ ਇਹ ਬਹੁਤ ਫੋਰਮਲ ਹੋ ਗਿਆ ਐਤਕੀ ਵਾਰ ਕਿਉਂਕਿ ਇਹ ਫੋਰਮਲ ਕਰਨਾ ਨਹੀਂ ਚਾਹੁੰਦੇ ਲੇਕਿਨ ਉਹ ਗੱਲਾਂ ਦੇ ਵਿੱਚ ਆਪਾਂ ਇਨਫੋਰਮਲ ਕਰ ਲਵਾਂਗੇ ਮੈਨੂੰ ਅੱਜ ਦੋ ਹੀਰੇ ਲੱਭੇ ਸੀਗੇ ਬੜੀ ਸੀਮਿਤ ਸਮੇਂ ਲਈ ਅਤੇ ਮੈਂ ਕਿਹਾ ਹੀਰੇ ਨੂੰ ਐਂ ਨਹੀਂ ਵੀ ਜ਼ਰੂਰੀ ਨਹੀਂ ਕਿ ਤੁਸੀਂ ਘੰਟਾ ਤਿੱਕਰ ਪਾਉਣਾ ਜੇ ਉਹ ਦੇਖਣ ਲਈ ਵੀ ਮਿਲ ਜਾਣ ਤਾਂ ਉਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਸਾਡੇ ਨਾਲ ਨੇ ਬਹੁਤ ਤਜਰਬੇਕਾਰ ਬਹੁਤ ਮਤਲਬ ਉੱਚ ਕੋਟੀ ਦੇ ਫਨਕਾਰ ਨੇ ਜਿਨ੍ਹਾਂ ਨੂੰ ਅਸੀਂ ਮੈਂ ਤਾਂ ਕਹਿ ਸਕਦਾ ਵੀ ਮੈਂ ਦੇਖ ਦੇਖ ਕੇ ਵੱਡਾ ਹੋਇਆ ਭਾਵੇਂ ਇਹ ਮਾਇੰਡ ਕਰ ਜਾਣ ਠੀਕ ਹੈ ਜੀ ਅਤੇ ਸਾਡੇ ਨਾਲ ਨੇ ਅੱਜ ਹਰਜੀਤ ਹਰਮਨ ਜੀ ਅਤੇ ਰਵਿੰਦਰ ਗਰੇਵਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਭਾਅ ਜੀ ਜਦੋਂ ਦਾ ਮੈਂ ਦੇਖਦਾ ਪਿਆ ਅੱਜ ਵੀ ਟੇਢੀ ਪੱਗ ਵਾਲੇ 'ਚ ਦੇਖ ਲਓ ਅਤੇ ਭਾਅ ਜੀ ਨੂੰ ਭਾਵੇਂ ਮੁੰਦਰੀ ਗਾਣੇ 'ਚ ਦੇਖ ਲਓ ਐਜ਼ ਇਟ ਇਜ਼ ਹੀ ਪਏ ਹੋ ਕੀ 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 ਖੁਰਾਕ ਹੈ ਤੁਹਾਡੀ ਕੀ ਇਹੋ ਜਿਹਾ ਛੱਕਦੇ ਪਏ ਹੋ ਜਿਹੜਾ ਤੁਸੀਂ ਅਜੇ ਤਿੱਕਰ ਉਹੀ ਉਹੀ ਚਿਹਰੇ 'ਤੇ ਨੂਰ ਉਵੇਂ ਦਾੜੀ ਦਾ ਸਟਾਈਲ ਤਿੱਕਰ ਵੀ ਨਹੀਂ ਅਜੇ ਤਿੱਕਰ ਤੁਸੀਂ ਬਦਲਿਆ ਐਜ਼ ਇਟ ਇਜ਼ ਰੱਖ ਕੇ ਇਹਦੇ ਪਿੱਛੇ ਕੀ ਰਾਜ਼ ਹੈ ਰਾਜ ਕੀ ਮੈਂ ਰੇਖਾ ਜੀ ਨੂੰ ਦੇਖੀ ਜਾਣਾ ਪੁਰਾਣੀ ਇੱਕ ਉਹ ਹੀ ਜੀ ਜਿਮ ਨਾ ਹੋ ਗਿਆ ਹੁਣ ਕੰਮ ਤਾਂ ਰਿਹਾ ਨੀ ਕੋਈ ਅੱਗੇ ਲੋਕ ਖੇਤਾਂ 'ਚ ਕਰ ਲੈਂਦੇ ਮੇਰੇ ਖਿਆਲ ਦੇ ਵਿੱਚ ਥੋੜਾ ਜਿਹਾ ਪਸੀਨਾ ਵਹਾਉਣਾ ਤਾਂ ਬਣਦਾ ਹੀ ਆ ਸਾਡਾ ਵੈਸੇ ਵੀ ਤੁਸੀਂ ਕਲਾਕਾਰ ਨਾ ਹੋਵੋ ਸਾਡੀ ਤਾਂ ਜ਼ਿੰਮੇਵਾਰੀ ਵੱਧ ਜਾਂਦੀ ਹੈ ਮੈਨੂੰ ਲੱਗਦਾ ਇਸ ਲਾਈਨ 'ਚ ਕਿਉਂਕਿ ਜੇ ਤੁਸੀਂ ਕੈਮਰੇ ਦੇ ਅੱਗੇ ਆਉਣਾ ਜਾਂ ਕੁਛ ਅਸੀਂ ਨਾ ਢਿੱਡ ਜਾਂ ਨਿਕਲ ਗਿਆ ਜਾਂ ਉਹਦੇ ਵੀ ਇੰਨਾ ਕੀ ਆ ਥੋੜ੍ਹਾ ਬਹੁਤਾ ਜਿੰਮ ਜੁੰਮ ਕਰ ਲਓ ਖਾਣ ਪੀਣ ਦਾ ਥੋੜ੍ਹਾ ਜਿਹਾ ਧਿਆਨ ਰੱਖ ਲਓ ਬਾਕੀ ਦਾ ਇਹੀ ਮਤਲਬ ਤੁਸੀਂ ਅਵੇਅਰ ਕਲਾਕਾਰ ਹੋ ਕਈ ਹੁੰਦੇ ਨਾ ਵੀ ਬਸ ਠੀਕ ਹੈ ਜਾਂ ਕਈ ਕਈ ਕਲਾਕਾਰ ਨੇ ਵੀ ਜਿਹੜੇ ਬੰਦੇ ਬਸ ਗੋ ਵਿਦ ਫਲੋ ਹੈ ਬਾਕੀ ਸ਼ੌਕ ਦੀ ਗੱਲ ਹੁੰਦੀ ਹੈ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਆਪਦੇ ਸਰੀਰ ਨਾਲ ਪਿਆਰ ਨਹੀਂ ਕਰਦਾ ਉਹ ਤਾਂ ਫਿਰ ਉਹਨੇ ਹੋਰ ਕਿਹਦੇ ਨਾਲ ਕਰਨਾ ਸਹੀ ਗੱਲ ਹੈ ਆਪਣੇ ਨਾਲ ਪਿਆਰ ਜ਼ਰੂਰੀ ਆਪਣੇ ਆਪ ਨਾਲ ਪਿਆਰ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਸ਼ੁਰੂ ਇੱਥੋਂ ਹੀ ਕਰਨਾ ਚਾਹੀਦਾ ਜੀ ਕਿਸੇ ਹੋਰ ਨੂੰ ਬਾਅਦ 'ਚ ਕਰੋ ਭਾਅ ਜੀ ਤੁਹਾਡਾ ਮਿਲਣ ਦਾ ਸਬੱਬ ਕਿਵੇਂ ਬਣਿਆ ਤੁਹਾਡੇ ਦੋਵਾਂ ਦਾ ਕਿਉਂਕਿ ਮੈਨੂੰ ਨਹੀਂ ਮੈਂ ਬਾਈ ਰਵਿੰਦਰ ਵੀ ਤਾਂ ਪਹਿਲਾਂ ਗਾਉਣ ਲੱਗ ਗਏ ਸੀ ਮੇਰੇ ਤੋਂ ਉਮਰ ਛੋਟੀ ਸੀ ਪਰ ਇਹਨਾਂ ਦੀ ਮੈਂ ਕਿਹਾ 18 ਮੈਂ ਪਹਿਲਾਂ ਵੀ ਦੱਸ ਗਿਆ 17 ਸਾਲ ਦੇ ਹਿੱਟ ਹੋ ਗਏ ਇਹਨਾਂ ਦੇ ਗਾਣਾ ਚੱਲ ਗਿਆ ਸੀ ਪੜ੍ਹਨ ਨਾਨਕੀ ਲਾਤੀ ਸੁਪਨੇ ਲੈਂਦੇ ਹੁੰਦੇ ਵੀ ਅਸੀਂ ਵੀ ਕਲਾਕਾਰ ਬਣਨਾ ਉਹ ਵੀ ਮੈਂ ਸੁਣ ਰਿਹਾ ਜਦੋਂ ਮੈਂ ਗਾਣਾ ਲਾਉਣਾ ਮੇਰੇ ਯਾਦ ਆ ਬਾਈ ਆਪਣਾ ਇੱਕ ਉਹ ਚੱਲਿਆ ਨਾ 302 ਬਣ ਜੂ ਪਰ ਇੱਕ ਤੁਹਾਡਾ ਗਾਣਾ ਸੀ ਉਹਨੂੰ ਬਰਾਬਰ ਲਾ ਕੇ ਮਿਊਜ਼ਿਕ ਚੈੱਕ ਕਰਦਾ ਹੁੰਦਾ ਸੀ ਮੈਂ ਵੀ ਬਾਈ ਵਰਗਾ ਹੈਗਾ ਜੇ ਨੇੜੇ ਤੇੜੇ ਜਿਹਾ ਹੈਗਾ ਵੀ ਅਸੀਂ ਇਹਨਾਂ ਦੇ ਫੈਨ ਸੀਗੇ ਠੀਕ ਹੈ ਜੀ ਠੀਕ ਅਤੇ ਮੈਂ ਤਾਂ ਬਾਈ ਜੀ ਦੇ ਪ੍ਰੋਗਰਾਮ ਵੀ ਕਈ ਬੁੱਕ ਕਰਨਾ ਆਪ ਅੱਛਾ ਕੋਲ ਗਾਉਣ ਆਏ ਤਾਂ ਉਹਨਾਂ ਦੀ ਸਟੇਜ 'ਤੇ ਵੀ ਗਾਇਆ ਅੱਛਾ ਹਾਂ ਇਹਨਾਂ ਦਾ ਤਾਂ ਮਤਲਬ ਪਹਿਲਾਂ ਹਿੱਟ ਹੋ ਗਏ ਸੀ ਮੈਂ ਤਾਂ ਫਿਰ 25-26 ਸਾਲ ਦੀ ਉਮਰ ਸੀ ਉਦੋਂ ਮੇਰਾ ਗਾਣਾ ਚੱਲਿਆ ਸੀਗਾ ਅਤੇ ਅੱਖ ਦਾ ਘੈਂਟ ਨਿਸ਼ਾਨਾ ਅਤੇ ਸੋ ਮਿਲਣ ਦਾ ਸਬੱਬ ਫਿਰ ਮੈਂ ਵੀ ਕਲਾ 95 ਦੇ ਮਿਲੇ ਹੋ ਮਤਲਬ ਮਿਲਣ ਨਹੀਂ ਮੇਰੀ ਟੇਪ ਆਉਣ ਤੋਂ ਬਾਅਦ ਮੇਰਾ ਖਲ 97 ਮੈਂ 99 ਚ ਪਾਈ ਉਹਨਾਂ ਨੂੰ 99 ਚ ਮਿਲੇ ਪ੍ਰੋਗਰਾਮ ਜੇ ਬੁੱਕ ਕੀਤੇ 99 ਤੇ ਫਿਰ ਮੇਰਾ ਗਾਣਾ ਚੱਲ ਗਿਆ ਜਦ ਮਿਲੇ ਆ ਮੈਨੂੰ ਸਟੇਜਾਂ ਤੇ ਜਾਂ ਪਹਿਲਾਂ ਇਹਨਾਂ ਨੂੰ ਬੁਲਾ ਲਿਆ ਮੇਰਾ ਗਾਣਾ ਚੱਲ ਗਿਆ
न्यूजीलैंड गया था, दूजा अमेरिका ही गया सीगा, मेनू चौवे बहुत सीगा ना भाई उरी आए तो फिर मेरा ख्याल रहे हैं तकरीबन 1.5-2 महीने कट्ठे कनाडा अमेरिका कट्ठे मेरे याद है फिर ओल अमेरिका सानू पता नहीं सी वेदर वूदर की आ केड़ा चेक हुंदा सी मोबाइल ते हुन ता थोड़ा बहुत कर भी लईदा भी कहो जे कपड़े चाहिदे ने मेरे टी शर्ट जी पाई हुई पता नहीं कोई कैलीफोर्निया दा एयरपोर्ट सी पत्थो तुसी उधरो आए मेनू लैन रात ओ कहंदे यार तेनू लैला जैकेट जी भी तेनू ठंड लग जू ਖਾਤਾ ਘਾਟਾ ਨਾ ਛੇੜਿਓ ਵੀਰੇ ਮਸਾਂ ਪਹੁੰਚਿਆ ਅਮੈਰੀਕਾ ਮੈਨੂੰ ਠੰਡ ਠੁੰਡ ਨਹੀਂ ਲੱਗਦੀ ਨਾ ਮੈਂ ਅੱਧਾ ਘਾਟਾ ਇੱਥੋਂ ਜਾਵਾਂ ਹਿਲਾ ਮੈਂ ਤਾਂ ਜਹਾਜ਼ ਦੇਖਦਾ ਦੇਖਦਾ ਪਾਗਲ ਹੋ ਗਿਆ ਸੱਚੇ ਪਾਤਸ਼ਾਹ ਨੇ ਕਿਉਂਕਿ ਖੇਤੀਬਾੜੀ ਦੇ ਕੰਮਾਂ 'ਚ ਦੁਖੀ ਇੰਨੇ ਹੁੰਦੇ ਸੀ ਵੀ ਜਿਵੇਂ ਹੁਣ ਲੋਕ ਤੰਗ ਨੇ ਹੈ ਨਾ ਪੂਰਾ ਮਿਲਦਾ ਨਹੀਂ ਉੱਦਾਂ ਦਾ ਸਿਸਟਮ ਜਿੰਨੀ ਮਿਹਨਤ ਬੰਦਾ ਕਰਦਾ ਅਸੀਂ ਕਦੇ ਕੂਈਆਂ 'ਚ ਕੰਮ ਕਰਨਾ ਸਿਰਾਂ 'ਚ ਟਾਂਕੇ ਲੱਗੇ ਨੇ ਇੱਟਾਂ ਡਿੱਗੀਆਂ ਵੀ ਇੱਥੋਂ ਰੱਬ ਖੜਾ ਛਡਾਵੇ ਜਦੋਂ ਰੱਬ ਨੇ ਸਿੱਧੀ ਅਮੈਰੀਕਾ ਠੋਕਤੇ ਫਿਰ ਮੈਨੂੰ ਉਹ ਚਾਹ ਜ਼ਿਆਦਾ ਸੀ ਗਾਉਣ ਵਾਲਾ ਘੱਟ ਸੀ ਵੀ ਬਸ ਇੱਥੇ ਪਹੁੰਚ ਗਏ ਇੱਕ ਵਾਰੀ ਅਸੀਂ ਅਮੈਰੀਕਾ ਦੇਖ ਲਿਆ ਠੀਕ ਅਤੇ ਉਦੋਂ ਫਿਰ ਬਾਈ ਜਿਹਨਾਂ ਨਾਲ ਮੇਰਾ ਰਹੇ ਅਸੀਂ ਕਾਫੀ ਟਾਈਮ ਜਾ ਕੇ ਆਏ ਤਾਂ ਨਹੀਂ ਹੈ ਮਨ 'ਚ ਵੀ ਹੁਣ ਨਾ ਹੀ ਜਾਈਏ ਵਾਪਸ ਰਹਿਣ ਪ੍ਰਗਟ ਸਿੰਘ ਮੇਰਾ ਰਾਈਟਰ ਵੀ ਨਾਲ ਸੀ ਹਾਂ ਜੀ ਕੋ ਕਹਿੰਦਾ ਪਾਏ ਕਰਾਂਗੇ ਫਿਰ ਮੈਨੂੰ ਲੱਗਿਆ ਵੀ ਆਪਾਂ ਭਵਿੱਖ 'ਚ ਵੀ ਵਧੀਆ ਕਰ ਲਵਾਂਗੇ ਕੁਛ ਨਾ ਕੁਛ ਇਸ ਕਰਕੇ ਮੁੜ ਆਇਆ ਜੇ ਉਹ ਨਾ ਸੁਣਦੀ ਹੋ ਸਕਦਾ ਬਾਈ ਵਾਲੀ ਗੱਲ ਹੁੰਦੀ ਮੈਂ ਨਾ ਆਉਂਦਾ ਉਦੋਂ ਬਹੁਤ ਰਹੇ ਆ ਜੀ ਤੇ ਉਦੋਂ ਮੁੜ ਕੇ ਫਿਰ ਤੁਸੀਂ ਚੱਲ ਸੋ ਚੱਲ ਫਿਰ ਬਣਦੀ ਗਈ ਗੱਲ ਹਾਂ ਨਹੀਂ ਆੜੀ ਪਰ ਤੁਸੀਂ ਕਲੈਬ ਕਦੀ ਨਹੀਂ ਗਾਣਾ ਕਿਉਂ ਨਹੀਂ ਫਿਰ ਕਦੀ ਕੀਤਾ ਤੁਸੀਂ ਟੂਡੇ ਆਪਸ ਚ ਉਹ ਬੈਸ ਹੀ ਕਿਤੇ ਸਵੱਬ ਜੇ ਹੀ ਨਹੀਂ ਬਣਿਆ ਕਰਨ ਨੂੰ ਕਿਤੇ ਕੋਈ ਤੁਸੀਂ ਹੋਰ ਹੀ ਗੱਲਾਂ ਕਰਦੇ ਰਹਿੰਦੇ ਹੋ ਆ ਕੀਤਾ ਗੁੱਤਾ ਨਹੀਂ ਐਕਚੁਅਲੀ ਇਸ ਲਾਈਨ ਦੀ ਕਦੇ ਗੱਲ ਹੀ ਨਹੀਂ ਕਰਦੇ ਵੈਸੇ ਵੀ ਜਦੋਂ ਬੈਠੇ ਹੋਈਏ ਔਰ ਮੇਰਾ ਖਿਆਲ ਗਾਇਕੀ ਤੋਂ ਬਿਨਾਂ ਹੀ ਗੱਲਾਂ ਸਾਡੀਆਂ ਜ਼ਿਆਦਾ ਹੁੰਦੀਆਂ ਕੀਤਾ ਸੀ ਕਿ ਫਿਲਮ ਚ ਪਾਉਣ ਲੱਗੇ ਸੀ ਉਹ ਆਇਆ ਨਹੀਂ ਉਹ ਆਇਆ ਨਹੀਂ ਦੇਖੋ ਕਈ ਚੀਜ਼ਾਂ ਦਾ ਆਈਡੀਆ ਹੀ ਨਹੀਂ ਆਉਂਦਾ ਹੁਣ ਅਸੀਂ ਨਿੱਤ ਇਕੱਠੇ ਹੁੰਦੇ ਹਾਂ ਮਿਲਦੇ ਹੁੰਦੇ ਹਾਂ ਪਰ ਇਹ ਕਦੇ ਵੀ ਨਹੀਂ ਆਇਆ ਵੀ ਯਾਰ ਇੱਕ ਅੱਜ ਕੱਲ ਤਾਂ ਚਲੋ ਹੁਣ ਖੇਤੀਬਾੜੀ ਵਾਈ ਤੋਂ ਕਦੀ ਐ ਹੋਇਆ ਕਿ ਜਦੋਂ ਵਾਢੀ ਦਾ ਟਾਈਮ ਆ ਗਿਆ ਤੇ ਹੁਣ ਮੇਰੇ ਪੇਪਰ ਚੱਲਦੇ ਪਏ ਆ ਐਵੇਂ ਬਹਾਨਾ ਲਾਇਆ ਤੁਸੀਂ ਕਦੀ ਵੀ ਜਦੋਂ ਵਾਢੀ ਹਾਂ ਕੰਪੈਨ ਲੱਗਣ ਵਾਲੀ ਹੋਵੇ ਹਾਂ ਸਕੂਲ ਵੇਲੇ ਜਾਂ ਕਾਲਜ ਵੇਲੇ ਉਦੋਂ ਵੀ ਨਹੀਂ ਮੇਰੇ ਤਾਂ ਪੇਪਰ ਚੱਲਦੇ ਪਏ ਜੀ ਮੈਂ ਇੱਥੇ ਖੇਤ 'ਚ ਨਹੀਂ ਲੱਗਦਾ ਅੱਛਾ ਵੀ ਅਸੀਂ ਖੇਤ ਜਾਣ ਤੋਂ ਡਰਦੇ ਵੀ ਪੇਪਰ ਸਾਡੇ ਬਹਾਨੇ ਉੱਟ ਰਹੇ ਨੇ ਅੱਛਾ ਜੀ ਅਸੀਂ ਕਹਿੰਦੇ ਕੰਪੈਨ ਚੱਲਦੇ ਸਕੂਲ ਵਾਲਿਆਂ ਨੂੰ ਕਹਿੰਦੇ ਨੇ ਵੀ ਅੱਜ ਸਾਡੇ ਦਾ ਕੰਪੈਨ ਲੱਗੀ ਆ ਵੀ ਅਸੀਂ ਸਕੂਲ ਨਹੀਂ ਆਉਂਦੇ ਸਹੀ ਗੱਲ ਆ ਮੈਨੂੰ ਵੀ ਕੁਛ ਖੇਤੀਬਾੜੀ ਦਾ ਸ਼ੌਕ ਬਹੁਤ ਰਿਹਾ ਠੀਕ ਹੈ ਤੋਂ ਬਲਕਿ ਇਹ ਹੁੰਦਾ ਸੀ ਵੀ ਸਕੂਲ ਦਾ ਬਸਤਾ ਸੈੱਟ ਕੇ ਸਿੱਧੇ ਹੀ ਖੇਤ ਠੀਕ ਉਹ ਤਾਂ ਚਾਓ ਬਹੁਤ ਹੁੰਦਾ ਸੀ ਖੈਰ ਕੰਮ ਕਰਨਾ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਹੁਣ ਤਾਂ ਪਤਾ ਨਹੀਂ ਖੈਰ ਮੈਨੂੰ ਮੈਨੂੰ ਹਲੇ ਤੱਕ ਉਹ ਚੀਜ਼ ਨਿਕਲੀ ਨੀ ਮੇਰੇ ਚੋਂ ਮਤਲਬ ਅੱਜ ਵੀ ਮੈਨੂੰ ਜੇ ਕੋਈ ਮੱਝ ਕਿਸੇ ਦੇ ਵਧੀਆ ਖੜੀ ਆ ਜਾਂ ਕੋਈ ਘੋੜਿਆਂ ਦਾ ਮਤਲਬ ਕੋਈ ਵੀ ਮੈਨੂੰ ਅਟਰੈਕਟ ਕਰਦੀਆਂ ਉਹ ਚੀਜ਼ਾਂ ਵੀ ਹਾਂ ਯਾਰ ਇਹ ਵਧੀਆ ਹੱਸਦਾ ਵੱਸਦਾ ਜਾਂ ਘਰ ਲੱਗਦਾ ਜੇ ਚੰਗੇ ਡੰਗਰ ਖੜੇ ਆ ਕਿਤੇ ਸਪੈਸ਼ਲ ਦੇਖਣ ਵੀ ਆ ਬੜੀ ਦਾ ਅੱਛਾ ਜੀ ਤੁਸੀਂ ਟਾਈਮ ਕੱਢ ਕੇ ਅੱਛਾ ਸਹੀ ਹੈ ਤੇ ਭਾਅ ਜੀ ਇੱਕ ਸਵਾਲ ਮੇਰਾ ਬੜਾ ਉਹ ਸੀਗਾ ਕਿ ਤੁਸੀਂ ਹਜੇ 95 ਤੋਂ ਭਾਅ ਜੀ ਦੇ ਜਿਵੇਂ ਪਹਿਲੀ ਗੈਸਟ ਭਾਅ ਜੀ ਨੇ ਦੱਸੀ ਹੈ ਨਾ ਅਤੇ ਉਸ 2001 ਦੀ ਜਾਂ 95 ਦੀ ਜਦੋਂ ਤੁਸੀਂ ਸੌਂਗ ਲੈਂਦੇ ਸੀਗੇ ਕਿਸੇ ਰਾਈਟਰ ਤੋਂ ਜਾਂ ਲਿਰਿਸਿਸਟ ਤੋਂ ਉਸ ਲਿਰਿਸਿਸਟ ਅਤੇ ਅੱਜ ਦਾ ਲਿਰਿਸਿਸਟ ਜਦੋਂ ਤੁਸੀਂ 2019-20-21-22 'ਚ ਤੁਸੀਂ ਕੋਈ ਲਿਰਿਸਿਸਟ ਤੋਂ ਗਾਣਾ ਲੈ ਰਹੇ ਹੋ ਉਹ ਕੀ ਫਰਕ ਹੈ ਉਹ ਲਿਰਿਸਿਸਟ ਲਿਰਿਸਿਸਟ 'ਚ ਕੀ ਫਰਕ ਹੈ ਉਹਦੇ ਸਮਝਾਉਣ 'ਚ ਫਰਕ ਹੈ ਉਹਦੇ ਨਹੀਂ ਹੁਣ ਵਾਲੇ ਥੋੜ੍ਹੇ ਜਿਹੇ ਤੇਜ਼ ਤਾਂ ਹੋ ਹੀ ਗਏ ਕਿਉਂਕਿ ਹੁਣ ਹੁਣ ਇੱਕ ਪ੍ਰੋਪਰ ਇੰਡਸਟਰੀ ਇੱਥੇ ਡਿਵੈਲਪ ਹੋ ਗਈ ਨਾ ਸਾਰੀ ਹਾਂਜੀ ਪਹਿਲਾਂ ਇੱਦਾਂ ਦਾ ਨਹੀਂ ਸੀ ਪਹਿਲਾਂ ਤਾਂ ਲੋਕਾਂ ਨੂੰ ਮੌਕਾ ਹੀ ਨਹੀਂ ਸੀ ਮਿਲਦਾ ਚਾਹੇ ਉਹ ਗਾਉਣ ਵਾਲਾ ਸੀਗਾ ਚਾਹੇ ਲਿਰਿਕਸ ਰਾਈਟਰ ਸੀਗਾ ਚਾਹੇ ਮਿਊਜ਼ਿਕ ਵਾਲੇ ਵੀ ਗਿਣਵੇਂ ਚੁਣਵੇਂ ਮਤਲਬ ਬੰਦੇ ਹੁੰਦੇ ਸੀ ਹਰੇਕ ਲਾਈਨ 'ਚ ਮਤਲਬ ਹੁਣ ਤਾਂ ਤੁਹਾਨੂੰ ਮਤਲਬ ਹਰ ਤੀਜਾ ਬੰਦਾ ਮੈਨੂੰ ਲੱਗਦਾ ਗਾਣੇ ਲਿਖਦਾ ਔਰ ਸਿੰਗਰ ਵੀ ਹੁਣ ਬਹੁਤ ਜ਼ਿਆਦਾ ਆ ਹੁਣ ਮੌਕੇ ਵੱਧ ਗਏ
एक इंडस्ट्री डेवलप होगी। हुण तां मेरा ख्याल ट्रैक बना के उहदे उत्ते भी गाने लिखे जा रहे अजकल हिंदी फिल्मां वी। अगला कहिंदा यार इहदी अजकल इक नवां शब्द आ गया कि वाइब वधिया लग रही है वधिया जी गुड वाइब आउंदी आ ते इहदी बीट वधिया वा इहदे ते कुछ लिखीए मतलब ए स्टाइल होणा आ ਨਹੀਂ ਤਾਂ ਪਹਿਲਾਂ ਉਹੀ ਆ ਕਿ ਗਾਣੇ ਲਿਖੇ ਜਾਂਦੇ ਸੀ ਪਹਿਲਾਂ ਕਿਵੇਂ ਹੁੰਦੇ ਸੀ ਮੈਨੂੰ ਮਾੜਾ ਜਿਹਾ ਦੱਸੋ ਤਾਂ ਸਰੀ ਵੀ ਕਿਵੇਂ ਤਾਂ ਇਦਾਂ ਹੀ ਆ ਕਿ ਲੋਕ ਚਿੱਠੀਆਂ ਵੀ ਪਾਉਂਦੇ ਸੀ ਅੱਛਾ ਹਨਾ ਲੈਟਰ ਵੀ ਆਉਂਦੀਆਂ ਸੀ ਸਾਡੇ ਆਫਿਸ 'ਚ ਪਹਿਲਾਂ ਤੁਹਾਡੇ ਵੀ ਗਾਣੇ ਵੀ ਚਿੱਠੀਆਂ ਸੀ ਚਿੱਠੀਆਂ 'ਚ ਆਉਂਦੇ ਸੀ ਗਾਣੇ ਵੀ ਤੇ ਜਾਂ ਫਿਰ ਬੰਦਿਆਂ ਨੇ ਸਪੈਸ਼ਲ ਪਿੰਡ ਲੱਭ ਕੇ ਪਿੰਡ ਡਾਇਰੀ ਲੈ ਕੇ ਦਿਖਾਉਣ ਆਉਣਾ ਅੱਛਾ ਹੁਣ ਤਾਂ ਅਗਲਾ ਵਟਸਐਪ 'ਤੇ ਮਿੰਟ ਮਾਰਦਾ ਵੀ ਆਹ ਲਿਖਿਆ ਜੀ ਨਵਾਂ ਔਰ ਅੱਜ ਕੱਲ੍ਹ ਤਾਂ ਹੋਰ ਵੀ ਆ ਵੀ ਗਾਣੇ ਡੰਮੀ ਹੀ ਬਣ ਕੇ ਹੀ ਆਉਂਦੇ ਆ ਤਰਜ ਸਮੇਤ ਵੀ ਇੱਦਾਂ ਦਾ ਹੈਗਾ ਵੀ ਤੁਹਾਨੂੰ ਬਿਲਕੁਲ ਹੀ ਪਤਾ ਲੱਗ ਜਾਂਦਾ ਵੀ ਇਹਨੇ ਇੱਦਾਂ ਦਾ ਬਣਨਾ ਜੀ ਉਦੋਂ ਤਾਂ ਅਗਲਾ ਡਾਇਰੀ ਲੈ ਕੇ ਫਿਰ ਘਰੇ ਪਹੁੰਚਣਾ ਉਹਨੇ ਲੱਭ ਲੁੱਭ ਕੇ ਇੱਦਾਂ ਹੀ ਗਾਣੇ ਤੇ ਫਿਰ ਉੱਧਰ ਪਸੰਦ ਆਇਆ ਤੇ ਨਾਲ ਦੀ ਨਾਲ ਨਾਲ ਦੀ ਨਾਲ ਬੈਠ ਕੇ ਬਕਾਇਦਾ ਉਹਦੇ ਨਾਲ ਅੱਧਾ ਪੌਣਾ ਘੰਟਾ ਲਾ ਕੇ ਦੇਖਣੇ ਠੀਕ ਹੈ ਤੋ ਮੇਰਾ ਖਿਆਲ ਹਰਮਨ ਹੋਣਾ ਨੇ ਤਾਂ ਇਹ ਕੰਮ ਘੱਟ ਕੀਤਾ ਕਿਉਂਕਿ ਇਹ ਜ਼ਿਆਦਾ ਪ੍ਰਗਟ ਸਿੰਘ ਹੋਰਾਂ ਦੇ ਨਾਲ ਹੀ ਅਟੈਚ ਰਹੇ ਕਿਉਂਕਿ ਇਹਨਾਂ ਦੇ ਗਾਣੇ ਜ਼ਿਆਦਾ ਉਹਨਾਂ ਨੇ ਮੈਂ ਬੜੇ ਅਲੱਗ ਅਲੱਗ ਵੀ ਹਾਂ ਤੁਸੀਂ ਤੁਸੀਂ ਐਕਸਪਲੋਰ ਕਰਦੇ ਰਹੇ ਹੋ ਪਰ ਭਾਜੀ ਹਰਾਂ ਦੀ ਜਿੱਥੇ ਲਿਵ ਲੱਗ ਗਈ ਇੱਕ ਬਹੁਤ ਮੈਨੂੰ ਪ੍ਰਗਟ ਸਿੰਘ ਜੀ ਮੈਂ ਮਸਤਵਾ ਨੇ ਗਾਉਣ ਦਾ ਤਾਂ ਸ਼ੌਕ ਖੈਰ ਇਹ ਕੁਐਸਚਨ ਜਦੋਂ ਬੰਦਾ ਕਰਦਾ ਪਤਾ ਨਹੀਂ ਕੋਈ ਪਰਮਾਤਮਾ ਦੀ ਜੀ ਬਿਲਕੁਲ ਦਇਆ ਹੁੰਦੀ ਉਹ 'ਚ ਉਹ ਜਿਹੀਆਂ ਪੈਦਾ ਹੋਣ ਲੱਗ ਜਾਂਦੀਆਂ ਨੇ ਐਕਟੀਵਿਟੀ ਉਹ ਜਿਹੀਆਂ ਹੋ ਗਈਆਂ ਹੁਣ ਮੈਂ ਕਈ ਲੀਡਰ ਹੁੰਦੇ ਨੇ ਜੀ ਉਹ ਤੁਸੀਂ ਦੇਖਿਓ ਕਲਾਸ 'ਚ ਮਨੀਟਰ ਬਣਨਾ ਸ਼ੁਰੂ ਹੋ ਜਾਂਦੇ ਨੇ ਵੀ ਅਸੀਂ ਕੰਮ ਆਹ ਕਰਨਾ ਉਹ ਮੈਨੂੰ ਗਾਉਣ ਦਾ ਸ਼ੌਕ ਪਤਾ ਨਹੀਂ ਪਰਮਾਤਮਾ ਵੱਲੋਂ ਸ਼ੁਰੂ ਤੋਂ ਹੀ ਸੀ ਮੈਂ ਜਦੋਂ ਪ੍ਰਾਇਮਰੀ ਸਕੂਲ 'ਚ ਵੀ ਗਾਉਂਦਾ ਇਹ ਨਹੀਂ ਪਤਾ ਵੀ ਮੈਂ ਕਿਉਂ ਸੀ ਪਰ ਮੈਨੂੰ ਐਂ ਸੀ ਮੈਂ ਵੀ ਕਲਾਕਾਰਾਂ ਗਾਊਂਗਾ ਮੈਂ ਗਾਣੇ ਗੁਣੇ ਸੁਣਾਉਣੇ ਫਿਰ ਸਕੂਲ ਵਾਲਿਆਂ ਨੇ ਸੁਣਨੇ ਸ਼ੁਰੂ ਕਰਤੇ ਫਿਰ ਮੈਂ ਕਿਹਾ ਅੱਗੇ ਚਲਿਆ ਗਿਆ ਕਾਲਜ 'ਚ ਵੀ ਮਾੜਾ ਮੋਟਾ ਗਾਉਣਾ ਸ਼ੁਰੂ ਕਰਤਾ ਜਿੱਥੇ ਵੀ ਮੌਕਾ ਮਿਲਦਾ ਵਿਆਹ ਅਤੇ ਮੈਂ ਆਪਣੇ ਆਪ ਨੂੰ ਸਮਝਣ ਲੱਗ ਗਿਆ ਵੀ ਮੈਂ ਵੀ ਕਲਾਕਾਰ ਹਾਂ ਮੈਂ ਵੀ ਗਾਊਂਗਾ ਮੌਕਾ ਮਿਲਣਾ ਚਾਹੀਦਾ ਹੌਲੀ ਹੌਲੀ ਪਰਮਾਤਮਾ ਨੇ ਮੈਨੂੰ ਮੈਂ 96 'ਚ ਐਡਮਿਸ਼ਨ ਲਈ ਮਸਤਵਾ ਨੇ ਕਾਲਜ ਦੇ ਵਿੱਚ ਡੀ ਫਾਰਮੈਸੀ ਦੇ ਵਿੱਚ ਉਹ ਜਦੋਂ ਕੰਪਲੀਟ ਹੋਣ ਲੱਗੀ ਇੱਕ ਪੇਪਰ ਰਹਿ ਗਿਆ ਮੇਰਾ ਨਹੀਂ ਪ੍ਰਗਟ ਸਿੰਘ ਵੀ ਨਹੀਂ ਮਿਲਣੇ ਸੀ ਮੈਨੂੰ ਨਾ ਮੈਂ ਕੋਈ ਨਹੀਂ ਸੀ ਜਾਣਦਾ ਵੀ ਪ੍ਰਗਟ ਸਿੰਘ ਵੀ ਇੱਥੇ ਹੈਗੇ ਉਹ ਪੇਪਰ ਕਰਕੇ ਮੇਰੇ 6 ਮਹੀਨੇ ਉਹ ਸਪਲੀ ਆ ਗਈ ਜਦੋਂ ਉਦੋਂ ਮੈਂ ਕਲੀਅਰ ਕਰਨਾ ਸੀ ਮੈਨੂੰ 6 ਮਹੀਨੇ ਹੋਰ ਮੇਰਾ ਉੱਥੇ ਜਾਣਾ ਆਉਣਾ ਮੈਨੂੰ ਅਲੀ ਅਕਬਰ ਜੀ ਮਿਲ ਗਏ ਫਿਰ ਉੱਥੇ ਅੱਛਾ ਜੀ ਪੇਪਰ ਤਾਂ ਕਲੀਅਰ ਹੋ ਗਿਆ ਫਿਰ ਮੈਨੂੰ ਮੈਂ ਅਲੀ ਅਕਬਰ ਜੀ ਅੱਜ ਕੱਲ੍ਹ ਨੇ ਪੰਜਾਬੀ ਪੰਜਾਬੀ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਨੇ ਉਹਨਾਂ ਉਹ ਮੈਂ ਕਿਹਾ ਜੀ ਤੁਸੀਂ ਤਾਂ ਬਹੁਤ ਪਹੁੰਚੇ ਹੋਏ ਹੋ ਹੈ ਉਹਨਾਂ ਦਾ ਮਿਊਜ਼ਿਕ ਵੀ ਹੁੰਦਾ ਸੀ ਉਦੋਂ ਕਾਫੀ ਟੇਪਾਂ ਕੈਸਟਾਂ ਦੇ ਵਿੱਚ ਆਇਆ ਉਹ ਬਹਾਨੇ ਮੈਂ ਉਹਨਾਂ ਦੇ ਪਿੱਛੇ ਲੱਗ ਗਿਆ ਉਹ ਕਹਿੰਦੇ ਤੈਨੂੰ ਬੰਦਾ ਮਿਲਾਉਣਾ ਹਰਮਨ ਇੱਕ ਮੈਂ ਉਹਨਾਂ ਦੇ ਸਕੂਟਰ ਪਿੱਛੇ ਬੈਠਣਾ ਉਹਨਾਂ ਨੇ ਮੈਨੂੰ ਪ੍ਰਗਟ ਸਿੰਘ ਜੀ ਮਿਲਾ ਤੇ ਬਸ ਜੇ ਕਿਤੇ ਉਹ ਮੇਰਾ ਪੇਪਰ 'ਚੋਂ ਇੱਕ ਸਪਲੀ ਨਾ ਆਈ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਸਪਲੀ ਨਹੀਂ ਕੰਮ ਕਰਦਾ ਹੈ ਸਪਲੀ ਨਹੀਂ ਕੰਮ ਕਰਦਾ ਹਾਂ ਫਿਰ ਪ੍ਰਗਟ ਸਿੰਘ ਮਿਲ ਗਏ ਫਿਰ ਮੇਰਾ ਉਹਨਾਂ ਨਾਲ ਸੰਬੰਧ ਬਣ ਗਏ ਉਹ ਗਾਣੇ ਸੀ ਮਿਊਜ਼ਿਕ ਉਹਨਾਂ ਦੀ ਆਪਣੀ ਕੰਪਨੀ ਵੀ ਸੀ ਮਿਲਾਪ ਰਿਕਾਰਡਿੰਗ ਕੰਪਨੀ ਮੈਂ ਕਿਹਾ ਵੀ ਚਲੋ ਇਹ 'ਚ ਗਾਣੇ ਆਉਣਗੇ ਆਪਾਂ ਵੀ ਲਾਹ ਜਾ ਕੋਸ਼ਿਸ਼ ਕੀਤੀ ਵੀ ਇੱਥੇ ਠੀਕ ਆ ਫਿਰ ਬਾਬੇ ਨੇ ਚਲੋ ਸੁਣੇ ਲਈ ਹੌਲੀ ਹੌਲੀ ਸਾਡੇ ਮਿਹਨਤ ਕੀਤੀ ਅਸੀਂ ਗਾਣੇ ਚੱਲਦੇ ਚੱਲਦੇ ਚੱਲ ਕੁਦਰਤੀ ਸਬੱਬ ਫਿਰ ਬਣ ਜਾਂਦਾ ਹਨਾ ਤੁਸੀਂ ਕਦੇ ਵੀ ਆਪਦੇ ਪੂਰੇ ਕਰੀਅਰ 'ਚ ਸਾਈਨ ਨਹੀਂ ਹੋਏ ਕਿਸੇ ਨੇ ਲੇਬਲ ਹੋਏ ਹੋਏ ਜਿਹੜੀ ਸ਼ੁਰੂ ਦੇ ਮੈਂ 3-4 ਸਾਲ ਹੈਗੇ ਆ ਉਹ ਜਿਹੜੀ ਪੜਨ ਨਾਨਕੇ ਲਾਤੀ ਟੇਪ ਜਿੱਦਾਂ ਫਾਈਨ ਟੋਨ ਕੰਪਨੀ ਲੁਧਿਆਣਾ ਕੰਪਨੀ ਅੱਛਾ ਜੀ ਹਾਂਜੀ ਉਹਦੇ 'ਚ ਉਹਨਾਂ ਨੇ ਕਈ ਆਰਟਿਸਟ ਉੱਥੇ ਰਹੇ ਸਾਈਨ ਸਾਰੀ ਤਕਰੀਬਨ ਜਦੋਂ ਪਹਿਲਾ ਗੀਤ ਪਏ ਉਦੋਂ ਤਾਂ ਪਤਾ ਬਹੁਤ ਲੇਟ ਚੱਲਦਾ ਸੀਗਾ ਤੁਹਾਨੂੰ ਵੀ ਐਂ ਤਾਂ ਨਹੀਂ ਅੱਜ ਕੱਲ੍ਹ ਤਾਂ ਕੁਇਕ ਪਤਾ ਲੱਗ ਜਾਂਦਾ ਕੀ ਨਾ 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 ਜਦੀ ਪਤਾ ਲੱਗਣ ਲੱਗ ਗਿਆ ਜੀ ਮੈਂ ਕਾਲਜ ਸੀਗਾ ਉਦੋਂ ਅੱਛਾ ਜੀ ਫਸਟ ਈਅਰ 'ਚ ਸੀ ਠੀਕ ਹੈ ਜੀ ਸੋ ਮੇਰਾ ਖਿਆਲ ਉਦੋਂ ਹੁਣ ਤਾਂ ਹਟ ਗਏ ਜੋਧਾਂ ਤੋਂ ਸਾਡੇ ਪਿੰਡ ਨੂੰ ਚੱਲਦੇ ਸੀ ਭੂੰਡ ਜੇ ਜਿਹੜੇ ਪੀਲੇ ਜੇ ਉੱਥੇ ਤੱਕ ਮਿੰਨੀ ਬੱਸ 'ਚ ਆਉਂਦੇ ਹੁੰਦੇ ਸੀ ਅਤੇ ਜਾਂ ਦੂਜੀ ਬੱਸ ਮਿਲ ਜਾਣੀ ਕਈ ਵਾਰੀ ਉਹ ਤੋਂ ਬਾਅਦ 'ਚ ਉਹ 'ਚ ਜਾਂਦੇ ਸੀ ਭੂੰਡ ਜੇ 'ਚ ਚੜ੍ਹ ਕੇ ਗਾਹ ਪਿੰਡ ਨੂੰ 6-7 ਕਿਲੋਮੀਟਰ ਅਤੇ ਉੱਥੋਂ ਮੈਂ ਉਤਰਿਆ ਉਦੋਂ ਉਦੋਂ 3 ਕੁ ਦਿਨ ਹੋਏ ਸੀ ਟੇਪ ਰਿਲੀਜ਼ ਹੋਈ ਨੂੰ ਜਵਾਕਾਂ ਜਵੁੱਕਾਂ ਨੂੰ ਪਤਾ ਲੱਗ ਜਾਂਦਾ ਸੀ ਉਦੋਂ ਵੀ ਠੀਕ ਕਿਉਂਕਿ ਟੇਪਾਂ ਲੋਕ ਖਰੀਦ ਲੈਂਦੇ ਸੀ ਰੈਪਰ ਨਾਲ ਬਲਕਿ ਉਦੋਂ ਤਾਂ ਜ਼ਿਆਦਾ ਉਦੋਂ ਉਹ ਮੈਂ ਖੜ੍ਹਾ ਕਿਤੇ ਸੀਟ ਬਣਾ ਮਿਲੀ ਬੱਸ 'ਚ ਮੈਂ ਡਾ ਬੜੀ ਖੜ੍ਹਾ ਸੀ ਉਹ ਟੈਂਪੂ 'ਚ ਚੜ੍ਹਨਾ ਸੀ ਉੱਤਰ ਕੇ ਅਤੇ ਉਹਦੇ 'ਚੋਂ ਇੱਕ ਜਵਾਕ ਜਿਹਾ ਬੋਲਿਆ ਹੋਣਾ 8-9 ਸਾਲ ਦਾ ਉਹ ਕਹਿੰਦਾ ਓਏ ਪੜਨਾ ਨਕੇ ਲਾਤੀ ਓਏ ਜਾਣਿਆ ਉਹਨੇ ਆਓ ਮੈਂ ਬੜਾ ਬਜ਼ਾਰ ਮਜ਼ਾ ਹੋ ਗਿਆ ਉੱਥੇ ਗੱਡੀ ਮੈਨੂੰ ਬੱਸ 'ਚ ਖੜ੍ਹਨਾ ਔਖਾ ਹੋ ਗਿਆ ਉਹ ਸਾਰੇ ਹੋਰ ਵੀ ਲੋਕ ਦੇਖਣ ਲੱਗ ਗਏ ਸੋ ਮਤਲਬ ਉਦੋਂ ਪੋਸਟਰ ਲੱਗ ਜਾਂਦੇ ਸੀ ਬਲਕਿ 6-3 ਲੋਕ
ਤੁਹਾਨੂੰ ਰੈਕੋਗਨਾਈਜ਼ ਕਰਦੇ ਸੀ, ਇੱਦਾਂ ਦੀ ਗੱਲ ਨਹੀਂ ਹੈ। ਔਰ ਦੁਕਾਨਾਂ 'ਤੇ ਪੋਸਟਰ ਲੱਗ ਜਾਣੇ ਜਾਂ ਐਲਬਮ ਲੋਕਾਂ ਨੇ ਘਰ ਖਰੀਦ ਲੈਣੀ, ਔਰ ਉਹਦੀ ਨਾ ਉਦੋਂ ਨਵੇਂ ਸਾਲ ਦਾ ਪ੍ਰੋਗਰਾਮ ਆਇਆ ਸੀ ਇੱਕ ਬੱਲੇ ਬੱਲੇ ਛਾਵਾ ਛਾਵਾ। ਅੱਛਾ ਜੀ। ਤੋ ਉਹਦੇ ਉਹਦੇ ਐਂਡ 'ਤੇ ਐਵੇਂ 30 ਸੈਕਿੰਡ ਦੀ ਉਹਦੀ ਐਡ ਸੀਗੀ ਆਡੀਓ ਟੇਪ ਦੇ ਵਿੱਚ ਹੀ, ਫਾਈਨ ਟੋਨ ਦੀ ਨਵੀਂ ਪੇਸ਼ਕਸ਼ ਪੜ੍ਹਨਾ ਲਾਤੀ, ਉਹ ਉਹ ਚੱਲਦਾ ਹੁੰਦਾ ਸੀ ਪਿੱਛੇ ਉਹਦੇ ਜਦੋਂ ਉਹ ਟੇਪ ਖਤਮ ਹੁੰਦੀ ਸੀ। ਠੀਕ ਹੈ। ਤੋ ਤੁਸੀਂ ਇਹ ਦੇਖ ਲਓ ਵੀ ਚਾਅ ਇੰਨਾ ਹੁੰਦਾ ਵੀ ਚੌਂਕੇ ਚੁੱਲ੍ਹੇ 'ਚ ਬੈਠ ਕੇ ਉਹੀ ਰਿਵਰਸ ਕਰ ਕਰਕੇ ਹੈ ਨਾ ਵੀ ਇਹ ਵੀ ਇਹ 'ਚ ਆਪਾਂ ਆ ਗਏ। ਸੋ ਉਹਦੇ ਕਰਕੇ ਉਹਦੀ ਮਸ਼ਹੂਰੀ ਖਾਸੀ ਹੋਈ ਸੀ ਜਦੋਂ ਉਹ ਟੇਪ ਰਿਲੀਜ਼ ਹੋਈ, ਉਹ ਇੱਕਦਮ ਹੀ ਲੋਕਾਂ ਨੂੰ ਮਤਲਬ ਉਹ ਗਾਣਾ ਜਿਹਾ ਵਧੀਆ ਲੱਗਿਆ ਸੀ ਉਹ 'ਚ ਵੀ ਪੜ੍ਹਨ ਆਣ ਕੇ ਲਾਤੀ ਕੋਈ ਨਵੀਂ ਜਿਹੀ ਗੱਲ ਆ ਰਹੀ ਆ। ਸੋ ਜਿੱਦਣ ਰਿਲੀਜ਼ ਹੋਈ ਉਹ ਜਿਹੜਾ ਉਹਦੇ 'ਚ ਮਸ਼ਹੂਰੀ ਸੀ, ਉਹਨੇ ਬਹੁਤ ਕੰਮ ਕੀਤਾ ਉਹਦਾ। ਤੋ ਉਦੋਂ ਐਡਵਰਟਾਈਜ਼ਮੈਂਟ ਇਹੀ ਹੁੰਦੀ ਸੀ ਕਿ ਜਿਹੜੀ ਟੇਪ ਚੱਲਣ ਵਾਲੀ ਆ ਉਹਦੇ ਪਿੱਛੇ ਆ ਗਈ ਐਡ, ਅਤੇ ਜਾਂ ਫਿਰ ਅਖਬਾਰ ਦੇ ਵਿੱਚ ਹੈ ਨਾ ਛਪ ਕੇ ਆ ਗਈ ਕਿ ਆਹ ਆ ਆ ਰਹੀ ਆ ਐਲਬਮ। ਸੋ ਉਹਦੇ ਕਰਕੇ ਉਹ ਛੇਤੀ 4-5 ਦਿਨ 'ਚ ਵਾਹਵਾ ਲੋਕਾਂ ਨੂੰ ਪਤਾ ਲੱਗ ਗਿਆ। ਪਤਾ ਲੱਗ ਗਿਆ, ਠੀਕ ਹੈ। ਅਤੇ ਭਾਅ ਜੀ ਡਿਜੀਟਲੀ ਹੁਣ ਤੁਸੀਂ ਕਿੰਨੇ ਕੁ ਐਕਟਿਵ ਹੋ ਭਾਅ ਜੀ? ਤੁਸੀਂ ਡਿਜੀਟਲ ਐਕਟਿਵ ਤੋਂ ਮਤਲਬ ਸੋਸ਼ਲ ਮੀਡੀਆ ਅਤੇ ਸੋਸ਼ਲ ਮੀਡੀਆ ਜਾਂ ਗੀਤਾਂ ਦਾ ਬਹੁਤ ਬਹੁਤ ਘੱਟ, ਮੇਰੇ ਤੋਂ ਤਾਂ ਵੀ ਔਖਾ ਲੱਗਦਾ ਮੈਨੂੰ ਡੇਲੀ ਆਏ ਤਾਂ ਨਹੀਂ ਹੋ ਸਕਦਾ ਵੀ ਮੈਂ ਉੱਠਾ ਹੀ ਇਸ ਕਰਕੇ ਸਵੇਰੇ ਵੀ ਅੱਜ ਸਟੋਰ ਪਾਉਣੀ ਹੈ ਰੀਲ ਪਾਉਣੀ ਹੈ ਜਾਂ ਸਪੈਸ਼ਲੀ ਕੁਛ ਨਹੀਂ, ਨਾ ਸਾਤੋਂ ਪਵੇ ਮੂਡ ਬਣਦਾ ਜਿੱਤੇ ਪਾ ਦਈ ਦੀ ਆ ਸਟੋਰੀ, ਕਿਤੇ ਸ਼ੋਟ ਜਿਹਾ ਲਈਦਾ ਬਾਹਰ ਅੰਦਰ ਜਾਈਦਾ, ਕਦੇ ਫੋਰਨ 'ਚ ਜਾਈਦਾ ਵੀ ਅੱਜ ਠੀਕ ਆ ਤਿਆਰੀ ਵਿਆਰੀ ਜੀ ਠੀਕ ਆ ਵੀ ਖਿੱਚੋ ਮੁੰਡੇ ਹੋ ਨਾ, ਉਹ ਸਪੈਸ਼ਲ ਵਾਲੇ ਅਸੀਂ ਹੈ ਨਹੀਂ ਵੀ ਡੇਲੀ ਇੱਕ ਪੋਸਟ, ਕਿਉਂਕਿ ਬਿਜ਼ਨਸ ਇੰਨਾ ਹੋ ਗਿਆ ਹੁਣ, ਇੱਕ ਪੋਸਟ ਪਾਈਏ ਜਾਂ ਰੀਲ ਪਾਈਏ ਸਟੋਰੀ ਪਾਈਏ, ਤਿੰਨ ਤਿੰਨ ਚੀਜ਼ਾਂ ਹੋ ਗਈਆਂ ਇੱਕ 'ਚ ਕੀ ਕਰੀ ਜਾਈਏ ਹੈ, ਹੋਰ ਵੀ ਨਿਕਲ ਉਹ ਅਸੀਂ ਨਾ ਤਿਆਰੀ ਕਰਕੇ ਅਸਲ ਉਹ ਪੂਰਾ ਹੀ ਕੰਮ ਲੱਗਦਾ ਹੈ, ਜਿਹੋ ਜਿਹਾ ਕਿਸੇ ਦੇ ਮੈਂ ਕਿਹਾ ਪ੍ਰੋਗਰਾਮ ਕਰਕੇ ਆਉਣਾ ਹੋਵੇ ਉਨਾ ਕੰਮ ਲੱਗਦਾ, ਉਹ ਵੀ ਪਹਿਲਾਂ ਉਨੀ ਤਿਆਰੀ ਖਿੱਚੋ ਫਿਰ ਉਹਦੀ ਬਣਾਓ, ਆਹ ਕਿਤੇ ਤਿਆਰ ਤਿਊਰ ਹੋਏ ਹੋਈ ਉਦੋਂ ਜਿਹੜੀ ਬਣ ਜਾਂਦੀ ਆ ਉਹ ਤਾਂ ਹੀ ਉਨਾ ਜ਼ਿਆਦਾ। ਔਰ ਕੁਛ ਕੁ ਲੋਕਾਂ ਨੂੰ ਇੱਕ ਤੁਹਾਡੀ ਪਰਸਨਲ ਲਾਈਫ ਹੁੰਦੀ ਆ ਉਹਨੂੰ ਮਤਲਬ ਨਹੀਂ ਠੀਕ ਲੱਗਦਾ ਉਹ ਮਤਲਬ ਸੋਸ਼ਲ ਮੀਡੀਆ 'ਤੇ, ਹੁਣ ਅੱਜ ਕੱਲ੍ਹ ਤਾਂ ਬੰਦੇ ਉਹ ਕਿਤੇ ਕੌਫੀ ਦੀ ਫੋਟੋ ਖਿੱਚ ਕੇ ਪਾ ਦੇਣਗੇ ਮੈਂ ਆਹ ਰੈਸਟੋਰੈਂਟ 'ਚ ਬੈਠਾ ਇੱਥੇ ਜੀ, ਉਹ ਉੱਦਾਂ ਦਾ ਕੁਛ ਤਾਂ ਸੱਤ ਹੁੰਦਾ ਨਹੀਂ। ਸੋ ਉਹਨਾਂ ਕੀ ਆ ਵੀ ਆਪਣੇ ਪ੍ਰੋਫੈਸ਼ਨ ਦੇ ਨਾਲ ਹੀ ਜਿਹੜੀ ਚੀਜ਼ ਸੰਬੰਧਿਤ ਆ ਉਹ ਅਸੀਂ ਜਦੋਂ ਗਾਣਾ ਕੋਈ ਰਿਲੀਜ਼ ਹੋਣਾ ਹੋਵੇ ਉਹਦੇ ਉਹਦੀ ਜਾਂ ਮਤਲਬ ਉਹ ਬੇਫਾਲਤੂ ਦੀਆਂ ਤਾਂ ਕਦੇ ਚੀਜ਼ ਪਾਈ। ਠੀਕ ਹੈ ਜੀ। ਸੋ ਭਾਜੀ ਬਾਬਾ ਸੀਰੀਅਸ ਹੋ ਗਿਆ, ਨਹੀਂ ਨਹੀਂ ਸਹੀ ਗੱਲ, ਕੌਫੀ ਦੀ ਫੋਟੋ, ਕੌਫੀ ਦੀ ਫੋਟੋ ਖਿੱਚ ਕੇ ਤੂੰ ਨਹੀਂ ਪਾਉਂਦਾ? ਦੋ ਆ ਗਈਆਂ ਨਾ, ਇੱਕ ਜੈਨਜ਼ੀ ਆ ਗਈ ਤੇ ਇੱਕ ਉਹ ਮੈਨੂੰ ਵੀ ਨੀ ਪਤਾ ਉਹ ਭਾਜੀ ਵਾਲੀ ਤਰ੍ਹਾਂ ਮੈਂ ਵੀ ਅੜ ਗਿਆ ਵੀ ਆਲੂ ਹੋ ਕਿਤੇ ਉੱਤੇ ਅੰਤਰੀ, ਇਹ ਗੱਲ ਪਤਾ ਲੱਗ ਗਈ ਅੱਧਾ ਦਿਨ ਸਫਲ ਹੋ ਗਿਆ। ਅੱਧੀਆਂ ਤਾਂ ਸਾਨੂੰ ਪਤਾ ਹੀ ਨਹੀਂ ਹਲੇ ਵੀ ਕੀ ਆ, ਪਰ ਤੁਸੀਂ ਫਿਰ ਵੀ ਜਿੰਨਾ ਕੁ ਹੋ ਸਕੇ ਆਪਦਾ ਉਹਨਾਂ ਪਾਈ ਜਾਂਦੇ, ਪਰ ਸਾਡੇ ਸਾਡੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਸਾਡੇ ਗਾਣਿਆਂ ਨਾਲ ਰਿਲੇਟਡ ਹੀ ਨੇ। ਠੀਕ ਹੈ। ਤੁਸੀਂ ਉਸ ਢੰਗ ਨੇ ਕਰ, ਤੁਸੀਂ ਡੀਐਮ ਵੀ ਨਹੀਂ ਦੇਖਦੇ ਮੈਸੇਜ ਦੁਨੀਆ ਦੇ ਕੋਈ ਕਰ ਰਿਹਾ ਕਮੈਂਟ? ਨਹੀਂ ਉਹ ਤਾਂ ਦੇਖੀ ਦੇਖਦੇ ਆ ਅਸੀਂ ਇੰਸਟਾਗ੍ਰਾਮ ਤੇ, ਸਾਨੂੰ ਜੋ ਆਉਂਦਾ ਹੈ ਬਲਕਿ ਸਾਨੂੰ ਫਰਕ ਪੈਂਦਾ। ਅੱਛਾ ਜੀ। ਮਤਲਬ ਅਸੀਂ ਉਹ ਨਹੀਂ ਹੈਗੇ ਵੀ ਜੇ ਕਿਸੇ ਨੇ 400 ਮੈਸੇਜ ਕਰਤਾ ਚਾਹੇ 395 ਗਾਲਾਂ ਹੀ ਹੋਣ, ਸਾਨੂੰ ਵੀ ਇੱਕ ਅੱਧਾ ਵੀ ਮਾੜਾ ਬੋਲ ਜਾਵੇ ਉਹਦਾ ਵੀ ਅਸੀਂ ਨੋਟਿਸ ਲਈਦਾ ਵੀ ਇਹਨੂੰ ਕੀ ਤਕਲੀਫ ਹੋ ਗਈ, ਕਿਉਂਕਿ ਆਪਾਂ ਨੂੰ ਹੈਗਾ ਵੀ ਬੰਦੇ ਚਾਹੇ ਘੱਟ ਨੇ ਪਰ ਚੰਗੇ ਬੰਦੇ ਹੋਣ, ਔਰ ਜਦੋਂ ਆਪਣੇ ਵੱਲੋਂ ਹੀ ਕੋਸ਼ਿਸ਼ ਕਰੀ ਦੀ ਆ ਕਿ ਕੁਛ ਮਾੜਾ ਨਾ ਕਰੀਏ ਤਾਂ ਫਿਰ ਕਈ ਤਾਂ ਚਲੋ ਪਤਾ ਲੱਗ ਜਾਂਦਾ ਐਵੇਂ ਜੈਲਸਬਾਜੀ ਵਾਲੇ ਹੁੰਦੇ ਆ, ਉਹਨਾਂ ਦਾ ਤਾਂ ਕੰਮ ਹੀ ਇਹ ਆ ਵੀ ਉਹਨਾਂ ਨੇ ਪੁੱਠਾ ਸਿੱਧਾ ਕੁਝ ਕਰਨਾ, ਪਰ ਕੋਈ ਸਹੀ ਕਮੈਂਟ ਕੋਈ ਮਾੜਾ ਆਇਆ ਹੋਵੇ ਉਹਦੇ 'ਤੇ ਜ਼ਰੂਰ ਅਸੀਂ ਦੇਖਦੇ ਵੀ ਹਾਂ ਵੀ ਕੀ ਕੋਈ ਗਲਤੀ, ਬਾਕੀ ਤਾਂ ਨਹੀਂ ਰਿਐਕਟ ਰਿਐਕਟ ਕਰਦੇ ਹੋ? ਰਿਐਕਟ ਨਹੀਂ ਕਰਦੇ, ਮਤਲਬ ਰਿਐਕਟ ਨੂੰ ਆਪਣੇ ਜੇ ਬਾਕੀ ਉਹ ਚੀਜ਼ ਲੱਗੇ ਕਿ ਹਾਂ ਇਹ ਸਹੀ ਕਹਿ ਰਿਹਾ ਜੋ ਮੈਂ ਆਹ ਗੱਲ ਕੀਤੀ ਆ ਇਹਦੇ 'ਚ ਗਲਤੀ ਹੈਗੀ ਆ, ਉਹਨੂੰ ਸੁਧਾਰਨ ਤੇ ਰਿਐਕਟ ਉੱਥੇ ਕਰਦੇ ਆ, ਤੇ ਜੇ ਉਹ ਗਾਲਾਂ ਕੱਢਣ ਲੱਗ ਜਾਂਦੇ ਵੀ ਤੂੰ ਆ ਕਿਉਂ ਕਿ ਆਪ ਤੂੰ ਫਲਾਣਾ ਜੀ, ਉਹ ਤਾਂ ਨਹੀਂ ਆ ਨਾਲ ਦਿਨ ਬੈਠੇ ਦਾ ਦੇਖੀ ਚਵਲ ਕੀ ਕਹੀ ਜਾਂਦਾ ਐਵੇਂ ਹੋ ਸਕਦਾ, ਮਤਲਬ ਚਲੋ ਮੇਰੇ ਫਾਲੋਵਰ ਕਾਹਨੂੰ ਕਹਿਣਾ ਕਿ ਇਹਨੂੰ ਅਸੀਂ ਚਵਲ ਕਹਿਣ ਵਾਲੇ ਲੋਕ ਹੀ ਬਥੇਰੇ ਨੇ ਉੱਥੇ ਦਾ ਫਾਲੋਵਰ ਬਿਨਾਂ ਤਾਂ ਅਸੀਂ ਇੰਸਟਾਗ੍ਰਾਮ 'ਤੇ ਹੁਣ ਬਣਾਇਆ 2 ਲੱਖ 'ਚ ਜੇ ਪਹੁੰਚੇ ਨਹੀਂ ਹੋਣੇ, ਪਰ ਰੀਚ ਸਾਡੀ ਕਦੇ ਕਦੇ ਰੀਲ 'ਤੇ ਜਾਂਦੀ ਆ ਸਾਡੀਆਂ ਮਿਲੀਅਨ ਵਾਲੇ ਪਰ ਉਹਨਾਂ ਦੇ ਬਰਾਬਰ ਜਾਈ ਜਾਂਦੀ ਆ, ਮੈਂ ਤਾਂ ਬੰਦੇ ਜੈਨੂ ਅੰਨੇ ਜਿੰਨਾ ਕੁ ਪਾਈਦਾ ਨਾ ਹੈਗਾ ਅੱਜ ਕੱਲ੍ਹ, ਅਸੀਂ ਉਸ ਦੌੜ 'ਚ ਨਹੀਂ ਕਦੇ ਉਸ ਜੀ ਕਦੇ ਬਈ, ਔਰ ਮੈਨੂੰ ਤਾਂ ਲੱਗਦਾ ਹੁੰਦਾ ਕਿਤੇ ਵੀ ਚਾਹੇ ਇੰਸਟਾ ਵੀ ਆ ਚਾਹੇ ਯੂਟਿਊਬ ਆ, ਜੇ ਅੱਜ ਕੱਲ੍ਹ ਤਾਂ ਚਲੋ ਮਿਲੀਅਨਾਂ ਦੀ ਦੌੜ ਲੱਗ ਗਈ, ਕਈ ਵਾਰੀ ਗਾਣਿਆਂ ਦੇ ਵਿਊ ਲੋਕਾਂ ਨੇ 50-60 ਮਿਲੀਅਨ ਕੀਤੇ ਹੁੰਦੇ ਆ, ਗਾਣਾ ਤੀਜੇ ਬੰਦੇ ਨੂੰ ਨਹੀਂ ਪਤਾ ਹੁੰਦਾ ਦੀ ਵੀਡੀਓ ਨੂੰ ਪਿੱਛੇ ਵੀ ਗਾਣਾ ਆਇਆ ਸੀ ਇਹ, ਹਾਂ ਜੇ ਉਹਦੇ ਹਿਸਾਬ ਨਾਲ ਮਿਲੀਅਨ, ਔਰ ਮੈਨੂੰ ਲੱਗਦਾ ਹੁੰਦਾ ਜੇ ਗਾਣੇ ਦੇ ਜੈਨੂਨ ਵਿਊ ਮਿਲੀਅਨ ਕੁ ਵੀ ਹੋਣ ਨਾ ਜੀ ਜੀ, ਜੇ ਸਹੀ ਤਰੀਕੇ ਨਾਲ ਜੇ ਜੈਨੂਨ ਨੇ ਉਹਦੇ
ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਕਿ ਗਾਣਾ ਆਇਆ ਚੜਿਆ ਹੋਊਗਾ ਜੀ ਦੂਜੇ ਥਾਂ ਤੋਂ ਤੁਹਾਨੂੰ ਕਿਤੋਂ ਚੱਲਦਾ ਮਿਲ ਜੂ ਕਿਸੇ ਦੀ ਸਟੋਰੀ 'ਚ ਦਿਖ ਜੂ ਕਿਤੇ ਨਾ ਕਿਤੇ ਮਤਲਬ 50 million ਦਾ ਮਤਲਬ ਇੰਨੇ ਲੋਕਾਂ ਨੇ ਦੇਖ ਲਿਆ ਅਤੇ ਤੁਹਾਨੂੰ ਪਤਾ ਹੀ ਨਾ ਹੋਵੇ ਗਾਣਾ ਆਇਆ ਇੱਦਾਂ ਤਾਂ ਹੋ ਨਹੀਂ ਸਕਦਾ ਸੋ ਇਹ ਚੀਜ਼ਾਂ ਉਹ ਠੀਕ ਆ ਜੈਨੂਨ ਜਿਹਾ ਇੱਕ ਪੈਰਲਲ ਵਰਲਡ ਬਣਾਤਾ ਜਿੱਥੇ ਉਹ ਪਾਪੂਲਰ ਹੋਈ ਜਾਂਦੇ ਆ ਆਮ ਦੁਨੀਆਂ 'ਚ ਨਹੀਂ ਸਿੱਧੀ ਜੀ ਗੱਲ ਆ ਜੀ ਅਸੀਂ ਤਾਂ ਪੁਰਾਣੀਆਂ ਗੱਲਾਂ ਸੁਣੀਆਂ ਹੋਈਆਂ ਜੱਸੋਵਾਲ ਸਾਹਿਬ ਕਹਿੰਦੇ ਹੁੰਦੇ ਗਾਉਣ ਵਾਲਾ ਉਹ ਆ ਜਿਹਨੂੰ ਪ੍ਰੋਗਰਾਮ ਬੁੱਕ ਹੋਣ ਬਸ ਅਸੀਂ ਤਾਂ ਉਹਨੂੰ ਮੰਨ ਕੇ ਚੱਲਦੇ ਜੇ ਸਾਨੂੰ ਬੁੱਕ ਹੋ ਰਿਹਾ ਵੀ ਕਾਮਯਾਬ ਆ ਵੀ ਓਕੇ ਆ ਮੈਂ ਜਿੱਦਣ ਉਹ ਬੁੱਕ ਹੋਣ ਹਟ ਕੇ ਫਿਰ ਆਉਂ ਲੋਕਾਂ ਦੇ ਵਿਊ ਮਿਲੀਆਂ ਚਾਹੇ ਗੱਲ ਇਹ ਆ ਕਿ ਮੁੱਕਦੀ ਗੱਲ ਸਟੇਜ 'ਤੇ ਆ ਕੇ ਤੇ ਉੱਥੇ ਹੀ ਪਤਾ ਲੱਗਦਾ ਉੱਥੇ ਗਾਉਣਾ ਵੀ ਲਾਈ ਪੈਣਾ ਅਤੇ ਤੁਹਾਨੂੰ ਬੁਕਿੰਗ ਵੀ ਤਾਂ ਹੀ ਹੁੰਦੀ ਹੈ ਜੇ ਕਿਤੇ ਕੁਛ ਕਰਕੇ ਆਉਂਗੇ ਦੁਬਾਰਾ ਹੈ ਨਾ ਇਹ ਰੈਸਟੋਰੈਂਟ ਵਾਲਾ ਕੰਮ ਆ ਵੀ ਜੇ ਖਾਣਾ ਚੰਗਾ ਵਾ ਤਾਂ ਹੀ ਦੁਬਾਰੇ ਕੋਈ ਆਉਂਦਾ ਖਾਣ ਉੱਥੇ ਅਤੇ ਇੱਕ ਅੱਧੀ ਵਾਰੀ ਕੋਈ ਭੁਲੇਖੇ 'ਚ ਬੁੱਕ ਵੀ ਕਰ ਲੈਂਦਾ ਕਿਸੇ ਨੂੰ ਫਿਰ ਅਗਲਾ ਮਸਾਂ ਹੀ ਨਿਬੇੜਦਾ ਕਿੱਥੋਂ ਬੁਲਾ ਲਿਆ ਇਹਨੂੰ ਹੈਂ ਤੋ ਜਿੱਥੋਂ ਸਟੇਜ ਤੋਂ ਤੁਹਾਨੂੰ ਵਾਰ ਵਾਰ ਹੋਰ ਸ਼ੋਅ ਬੁੱਕ ਹੋ ਰਹੇ ਆ ਲਾਈਵ ਦੀ ਸਾਰੀ ਗੇਮ ਆ ਜੇ ਤੁਸੀਂ ਲੰਬਾ ਟਾਈਮ ਕੰਮ ਕਰਨਾ ਐਂ ਕਦੀ ਪੇਮੈਂਟ ਮਰੀ ਐ ਵੀ ਤੁਸੀਂ ਸ਼ੋਅ ਲਾਤਾ ਤੇ ਪੇਮੈਂਟ ਹੀ ਨਹੀਂ ਆਈ ਬਹੁਤ ਘੱਟ ਹੀ ਆ ਮੇਰਾ ਖਿਆਲ ਪੇਮੈਂਟ ਮੂਵਮੈਂਟ ਵਾਲਾ ਹਾਂ ਨਹੀਂ ਜ਼ਿਆਦਾ ਨਹੀਂ ਹੋਇਆ ਪਰ ਉਹ ਸਭ ਤਜਰਬਾ ਕੀਤਾ ਹੈ ਪਰ ਵੀ ਇੰਨਾ ਨਾ ਅਸੀਂ ਮੇਰੀ ਤਾਂ ਨੇਚਰ ਇਹ ਆ ਵੀ ਮੈਂ ਯਾਦ ਯੂਦ ਬੜਾ ਰੱਖ ਕੇ ਦਿਮਾਗ ਤੇ ਨਹੀਂ ਆ ਤਾਂ ਹੁਣ ਵਾਲੇ ਟਾਈਮ ਤੇ ਲੈ ਕੇ ਚੱਲਦਾ ਨਹੀਂ ਵੀ ਪੁਰਾਣਾ ਜੇ ਕਿਸੇ ਨੇ ਕਿਸੇ ਦੇ ਦੱਸੇ ਤੇ ਹੀ ਆਇਆ ਹੁੰਦਾ ਹੁੰਦਾ ਵੀ ਇੱਥੇ ਆਹ ਗੱਲ ਹੋਈ ਸੀ ਮੇਰੇ ਚੇਤੇ ਵੀ ਨਹੀਂ ਹੁੰਦਾ ਮੈਨੂੰ ਹੁੰਦਾ ਜਿਹੜਾ ਟਾਈਮ ਐਵੇਂ ਪੁਰਾਣੇ ਕਹਿੰਦੇ ਚੀਜ਼ਾਂ ਉਹ ਹੁੰਦੀਆਂ ਜਿਵੇਂ ਡਸਟਬਿਨ ਨਹੀਂ ਆਪਾਂ ਨਾਲ ਚੱਕੀ ਫਿਰਦੇ ਸੋ ਇਵੇਂ ਦਿਮਾਗ 'ਚ ਵੀ ਜਿੰਨਾ ਇਹਨੂੰ ਖਾਲੀ ਕਰਕੇ ਰੱਖੋਗੇ ਚੰਗੇ ਰਹੋਗੇ ਵੀ ਜਿਹੜੇ ਅੱਧੇ ਕਿ ਸ਼ਕਲਾਈਆਂ ਠੀਕ ਦਿਖ ਰਹੀਆਂ ਇਹਦਾ ਕਾਰਨ ਇੱਕ ਇਹ ਵੀ ਆ ਸਾਡੇ ਕਈ ਬੰਦੇ ਅੰਦਰ ਹੀ ਇੰਨਾ ਕੁਛ ਭਰ ਲੈਂਦੇ ਉਹ ਮੂੰਹ ਉਹ ਜਿਹੇ ਬਣ ਜਾਂਦੇ ਫਿਰ ਹਾਂ ਮੇਰੇ ਨਾਲ ਇੱਕ ਪੇਮੈਂਟ ਵਾਲੀ ਫਨੀ ਘਟਨਾ ਵਾਪਰੀ ਨਨਕਾਣਾ ਸਾਹਿਬ ਕੰਪਲੈਕਸ 'ਚ ਆਪਣੇ ਦਫ਼ਤਰ ਹੁੰਦੇ ਸੀ ਪਹਿਲਾਂ ਮੁੰਡਾ ਅਤੇ ਕੁੜੀ ਆਏ ਕਹਿੰਦੇ ਬਹੁਤ ਵੱਡੇ ਫੈਨ ਆ ਭਾਅ ਜੀ ਸ਼ਰਮਾ ਆਪਣਾ ਸੈਕਟਰੀ ਸਾਡਾ ਹੁੰਦਾ ਵੀ ਬੁੱਕ ਕਰ ਲਓ ਬਸ ਡੇਟ ਮੈਂ ਕਿਹਾ ਸ਼ਰਮੇ ਬਹੁਤ ਚੜ੍ਹਾਈ ਆ ਵੀ ਕੁੜੀ ਅਤੇ ਮੁੰਡਾ ਖੁਦ ਆਏ ਨੇ ਯਾਰ ਹੈ ਨਾ ਪੈਸਾ ਪੂਸਾ ਤਾਂ ਮੈਂ ਛੱਡ ਘੱਟ ਵੱਧ ਲਾ ਕੇ ਜਿਹੜਾ ਹੁੰਦਾ ਕਰਦੇ ਖੁਸ਼ੀ ਉਹ ਇੰਨੀ ਹੋ ਗਈ ਚਲੋ ਜੀ ਉਹਨੇ ਐਡਵਾਂਸ ਦਿੱਤਾ ਅਸੀਂ ਉੱਥੇ ਗਏ ਹੁਣ ਮੁੰਡਾ ਕੁੜੀ ਨੂੰ ਅਸੀਂ ਕਿੱਥੋਂ ਲੱਭੀਏ ਜਾਂ ਤਾਂ ਕੋਈ ਹੋਵੇ ਹੋਰ ਤੀਜਾ ਬੰਦਾ ਅਸੀਂ ਬੈਠੇ ਰਹੇ ਨਾ ਤਾਂ ਕੋਈ ਕਹੇ ਪ੍ਰੋਗਰਾਮ ਸ਼ੁਰੂ ਕੀਤੇ ਅਤੇ ਉੱਥੇ ਦੇ ਜਿਹੜਾ ਮਾਹੌਲ ਸੀ ਉਹ ਵੀ ਕੋਈ ਖੁਸ਼ਗਵਾਰ ਜਾਣਾ ਕੋਈ ਆਏ ਲੰਘਿਆ ਕਰੇ ਮੁੰਡੇ ਦਾ ਬਾਪੂ ਆਏ ਜੇ ਬੰਦੇ ਮੈਂ ਯਾਰ ਹੋ ਕੀ ਗਿਆ ਹੌਲੀ ਹੌਲੀ ਮੈਂ ਮੁੰਡਾ ਭੇਜਿਆ ਆਪਣਾ ਉਹਦੇ ਕੋਲ ਮੁੰਡੇ ਕੋਲ ਕਹਿੰਦਾ ਬਾਈ ਜੀ ਸ਼ਗਨ ਪਊਗਾ ਉਹੀ ਦੇਊਂਗਾ ਤੈਨੂੰ ਮੈਂ ਫਿਰ ਉਹਨੂੰ ਕੋਸ਼ਿਸ਼ ਕੀਤੀ ਵੀ ਲੱਭੋ ਤਾਂ ਸਹੀ ਯਾਰ ਕਾਰਨ ਕੀ ਆ ਵੀ ਹੁਣ ਆ ਤਾਂ ਗਏ ਗਾ ਕੀ ਜਾਓ ਨਾ ਇਹ ਕਿਹਾ ਚੱਲ ਕੋਈ ਨੀ ਬਾਈ ਸ਼ਗਨ ਵਾਲਾ ਦੇ ਜੀ ਹੈ ਨਾ ਅਸੀਂ ਆਪਦਾ ਸ਼ੁਰੂ ਕਰਤਾ ਵੀ ਮੁੰਡਾ ਦਾ ਕੀ ਸੀ ਹੁਣ ਜਦੋਂ ਗੱਡੀ ਆ ਗਈ ਸਾਊਂਡ ਆ ਗਿਆ ਜਾ ਵੀ ਨਹੀਂ ਸਕਦੇ ਸੀ ਬਾਈ ਜੀ ਅਸੀਂ ਪ੍ਰੋਗਰਾਮ ਤਾਂ ਕੋਈ ਨੱਚਾ ਨੁੱਚਾ ਤਾਂ ਹੈ ਹੀ ਨਹੀਂ ਕੁਛ ਬਣਾ ਹੋਇਆ ਚੱਲ ਅਸੀਂ ਆਪਦਾ ਟਾਈਮ ਜਾ ਦੇਖ ਕੇ ਬੰਦ ਕਰ ਲਿਆ ਬਾਅਦ 'ਚ ਪਤਾ ਲੱਗਿਆ ਉਹਨਾਂ ਦੀ ਲਵ ਮੈਰਿਜ ਦੀ ਨਾ ਤਾਂ ਕੁੜੀ ਵਾਲੇ ਦੇ ਘਰ ਦੇ ਰਾਜੀ ਸੀਗੇ ਨਾ ਮੁੰਡੇ ਵਾਲੇ ਦੇ ਨਾ ਉਹਨਾਂ ਕੋਲ ਪੈਸਾ ਸੀਗਾ ਬਾਈ ਅੱਛਾ ਮਸਾਂ ATM 'ਚੋਂ ਖਾਲੀ 15,000 ਕਢਾ ਕੇ ਉਹ ਵੀ ਰੌਲਾ ਪਾ ਕੇ ਲੈ ਕੇ ਆਏ ਫਿਰ ਮੈਂ ਬਾਅਦ ਵਾਲੇ ਨੂੰ ਪੁੱਛਿਆ ਮੈਂ ਤੁਹਾਡੀ ਹੋ ਗਈ ਕਹਿੰਦੇ ਬਾਈ ਨਹੀਂ ਤੁਹਾਡੇ ਨਾਲ ਠੀਕ ਰਹਿ ਗਿਆ ਕਹਿੰਦਾ ਤੁਹਾਡੇ ਨਾਲ ਠੀਕ ਆ ਮੈਂ ਇਹਦਾ ਖਰਚ ਜਿਹਾ ਲੈ ਚੱਲਿਆ ਆਪਣਾ ਵੀਰ ਬਣ ਕੇ ਭੱਜਿਆ ਇੱਥੇ ਬੰਦ ਕਰ ਲਓ ਫਿਰ ਤਾਂ ਮਿਲ ਜੂ ਹੈ ਤੁਹਾਨੂੰ ਨਹੀਂ ਪੂਰਾ ਵਜਾ ਕੇ ਲੈ ਗਏ ਸੱਚੀ ਗੱਲ ਮੈਂ ਪੁੱਛ ਤੋਰੇ ਮੁੰਡੇ ਮਖਾ ਵੀਰਾਂ ਨੂੰ ਪੁੱਛੋ ਮਿਲ ਗਈ ਉਹ ਕਹਿੰਦੇ ਸਾਡੀ ਉਹ ਭਾਈ ਉਹਦਾ ਨਾਲ ਦਾ ਕੋਈ ਮੁੰਡਾ ATM 'ਚੋਂ ਬਣਾ ਨਿਕਲੇ ਉਹ ਕੋਈ ਨਾਲ ਦਾ ਜਦੋਂ ਅਸੀਂ ਬਸ਼ਰਮ ਹੋ ਕੇ ਖੜ ਗਏ ਹੁਣ ਸਾਡੇ ਕੋਲ ਵੀ ਨਵੇਂ ਨਵੇਂ ਤਾਂ ਗਾਉਣ ਲੱਗਿਆ ਪੈਸੇ ਕਿੱਥੇ ਸੀ ਆ ਮੈਂ ਜਾਂਦੇ ਵੀਰੇ ਅਸੀਂ ਵੀ ਨਹੀਂ ਨਾਲ ਦੇ ਨੇ ਬਸ਼ਰਮੀ ਮੰਨ ਕੇ ਅਸੀਂ ਉਹਦੇ ਨਾਲੋਂ ਮੁੰਡਾ ਕੋਈ ਗਿਆ ਉਹਨੇ 15,000 ਰੁਪਇਆ ਦਿੱਤਾ ਵੀਰੇ ਖੁਸ਼ੀ 'ਚ ਵੀ ਅਸੀਂ ਐਡੀ ਚੜ੍ਹਾਈ 'ਚ ਪਹਿਲਾਂ ਤਾਂ ਚੌਚ ਸੀ ਮੈਂ ਵੀ ਯਾਰ ਮੈਨੂੰ ਮੁੰਡਾ ਕੁੜੀ ਬੁੱਕ ਕਰਨਾ ਹੈ ਪਰ ਇਹ ਆ ਵੀ ਬਾਕੀ ਨਾ ਜਦੋਂ ਤੁਸੀਂ ਮਤਲਬ ਠੀਕ ਜਿਹੇ ਹੁੰਦੇ ਹੋ ਪਤਾ ਤੁਹਾਨੂੰ ਤਜਰਬਾ ਹੋਣ ਲੱਗ ਜਾਂਦਾ ਸ਼ੁਰੂ ਤੋਂ ਇੱਕ ਤਾਂ ਟਾਈਮ ਜੇ ਨਾ ਤੁਰ ਪਏ ਇਸ ਲਾਈਨ 'ਚ ਮਤਲਬ ਜਦੋਂ ਮੇਰੇ ਯਾਦ ਆ ਵੀ ਮੈਂ 95-96 'ਚ ਦਾੜੀ ਐਵੇਂ ਮਾੜੀ ਜਿਹੀ ਸੀ ਮੇਰੇ ਮੁੱਛਾਈਆਂ ਵੀ ਹਲਕੀਆਂ ਜਿਹਾ ਹੁੰਦੀਆਂ ਇੱਕ ਵਾਰੀ ਸਾਨੂੰ ਕੋਈ ਬਜ਼ੁਰਗ ਬੁੱਕ ਕਰਨ ਆ ਗਏ ਇੱਕ ਸਾਡੇ ਨਾਲ ਮੇਰੇ ਨਾਲ ਹੀ ਪੜ੍ਹਦਾ ਹੀ ਮੁੰਡਾ ਸਾਡੇ ਪਿੰਡ ਦਾ ਹੀ ਉਹਨੂੰ ਮੈਂ ਬੁਕਿੰਗ ਲਈ ਰੱਖ ਲਿਆ ਉੱਥੇ ਮੈਂ ਕਿਹਾ ਤੂੰ ਉਰੇ ਹੀ ਆ ਜਾ ਉਹ ਵੀ ਮੇਰੇ ਇੱਕ ਜਿੱਡਾ ਹੀ ਸੀ ਅੱਛਾ ਸਾਰੇ ਸਾਡੇ ਮਿਊਜ਼ੀਸ਼ੀਅਨ ਵੀ ਮੇਰੇ ਵਰਗੇ ਅਤੇ ਉਹ ਦੋ ਤਿੰਨ ਉਹਨਾਂ ਦੇ ਧੋ ਲੱਗੇ ਚਾਦਰੇ ਚੂਦਰੇ ਬੰਨੇ ਹੋਏ ਮੁਕਤਸਰ ਵੱਲੋਂ ਆ ਗਏ 4-5 ਬਜ਼ੁਰਗ ਉਹ ਪਹਿਲਾਂ ਤਾਂ ਉੱਪਰ ਚਲੇ ਗਏ ਉਹ ਕਹਿੰਦਾ ਜੀ ਵੀ ਉਹਨਾਂ ਨੇ ਗੱਲ ਗੁੱਲ ਸਾਰੀ ਕਰ ਲਈ ਉਹਨੂੰ ਪੈਸੇ ਦੇਣ ਲੱਗੇ ਉਹਨਾਂ ਦਾ ਦਿਲ ਨਾ ਖੜੇ ਕਹਿੰਦੇ ਵੀ ਬੰਦਾ ਕੋਈ ਹੋਰ ਥੱਲੇ ਉਹ ਕਹਿੰਦਾ ਅਸੀਂ ਚੱਲੇ ਹੀ ਪ੍ਰੋਗਰਾਮ 'ਤੇ ਥੱਲੇ ਮੈਟਾਡੋਰ ਜੀ ਉਹ 'ਚ ਇਕੱਠੇ ਹੀ ਜਾਂਦੇ ਨੇ ਬਜ਼ੁਰਗ ਕਹਿੰਦਾ ਜੀ ਤੁਹਾਨੂੰ ਮੈਂ ਮਿਲਾਈ ਦਿੰਦਾ ਵੀ ਥੱਲੇ ਹੀ ਨੇ ਭਾਅ ਜੀ ਵਿੱਚ ਉਹ ਵੀ ਚੱਲੇ ਹੀ ਨੇ ਉਹ ਸਾਡੇ ਕੋਲ ਲੈ ਆਇਆ ਉਹਨੂੰ ਕਿਹਾ ਵੀ ਇੱਥੇ ਪ੍ਰਭਾਵ ਪੈ ਜੂ ਅੱਛਾ ਬਜ਼ੁਰਗ ਦਾ ਪੈ ਪੜਾਉਣ ਨੂੰ ਜੀ ਨਾ ਕਰੇ ਉਹਨੂੰ ਕਿਉਂਕਿ ਉਹਦੇ ਵੀ ਮਾੜੀ ਜੀ ਦਾੜੀ ਮੁੱਛ ਜੀ ਉਹਨੇ ਨਾ ਟਾਕੀ ਖੋਲ੍ਹੀ ਮੈਟਾਡੋਰ ਦੀ ਉਹਨੇ ਪੂਰੇ ਤੋਂ ਲੈ ਕੇ ਪਿੱਛੇ ਤੱਕ ਐਨ ਇਕੱਲੇ ਇਕੱਲੇ ਬੰਦੇ ਵੱਲ ਦੇਖਿਆ ਮੇਰੇ ਵੱਲ ਵੀ ਦੇਖ ਕੇ ਉਹਨੇ ਆ ਕੇ ਕਿਹਾ ਕਹਿੰਦਾ ਵੀ ਭਾਅ ਜੀ ਇਹਨਾਂ ਨੇ ਪ੍ਰੋਗਰਾਮ ਕਰਾਉਣਾ
ਤੇ ਮੈਨੂੰ ਮੈਂ ਤਾਂ ਆਪਣੇ ਵੱਲੋਂ ਮੈਂ ਵੀ ਸਿੰਗਰ ਜਿਹਾ ਬਣਿਆ ਬੇਟਾ ਵੀ ਠੀਕ ਆ ਪੁਜੀਸ਼ਨ 'ਚ ਆ ਉਹ ਉਹਨੇ ਇਕੱਲੇ ਇਕੱਲੇ ਦੇ ਮੂੰਹ ਵੱਲ ਦੇਖ ਕੇ ਮੈਨੂੰ ਮੈਨੂੰ ਕਹਿੰਦਾ ਕਹਿੰਦਾ ਤੁਹਾਡੇ 'ਚ ਕੋਈ ਜ਼ਿੰਮੇਵਾਰ ਬੰਦਾ ਹੈਗਾ ਜਿਹਨੂੰ ਅਸੀਂ ਪੈਸੇ ਦੇ ਸਕੀਏ ਮੈਂ ਕਿਹਾ ਜੀ ਅਸੀਂ ਕਹਿੰਦਾ ਤੁਸੀਂ ਤਾਂ ਸਾਰੀ ਜਵਾਕ ਜੇ ਹੋ ਤੈਨੂੰ ਅਸੀਂ 5,000 rupees ਦੇ ਜੀ ਤੁਸੀਂ ਕੱਲ੍ਹ ਨੂੰ ਨਾ ਹੋ ਜ਼ਿੰਮੇਵਾਰ ਕੌਣ ਉਹਨੂੰ ਲੱਗੇ ਵੀ ਕੋਈ ਬੰਦਾ ਸਿਆਣਾ ਤਾਂ ਹੋਵੇ ਮੈਂ ਕਿਹਾ ਜੀ ਅਸੀਂ ਪ੍ਰੋਗਰਾਮ 'ਤੇ ਜਾਂਦੇ ਹਾਂ ਦੇਖੋ ਤੁਹਾਡੇ ਸਾਹਮਣੇ ਹੁਣ ਵੀ ਅਸੀਂ ਚੱਲੇ ਹਾਂ ਕਹਿੰਦਾ ਉਹ ਤਾਂ ਚੱਲੇ ਹੋਣ ਤੁਹਾਡਾ ਤਾਂ ਮਨ ਹੈਗਾ ਜਵਾਕਾਂ ਦਾ ਕੀ ਹੁੰਦਾ ਕੱਲ੍ਹ ਨੂੰ ਨਾ ਆਪਣੇ ਮਨ ਤੁਹਾਡਾ ਸਾਡਾ ਤਾਂ ਪ੍ਰੋਗਰਾਮ ਖਰਾਬ ਹੋ ਜੂ ਨਾ ਵੀ ਅਸੀਂ ਮਸੀਂ ਉਹਨੂੰ ਯਕੀਨ ਦਵਾਇਆ ਵੀ ਨਹੀਂ ਬਾਪੂ ਆਵਾਂਗੇ ਪ੍ਰੋਗਰਾਮ 'ਤੇ ਤੂੰ ਪੈਸੇ ਫਿਰ ਪੈਸੇ ਦੇ ਕੇ ਹੋ ਜਾਂਦਾ ਕਈ ਵਾਰੀ ਲੋਕਾਂ ਦਾ ਪੈਸੇ ਐਕਚੁਅਲੀ ਕੀ ਆ ਦੁਨੀਆ ਚੰਗੀ ਦੀ ਵੀ ਕੋਈ ਅੰਤ ਨਹੀਂ ਮਾੜੇ ਦਾ ਵੀ ਕੋਈ ਕੁਛ ਕੁ ਬੰਦੇ ਦਾ ਇਹੋ ਜਿਹੇ ਮਿਲਦੇ ਆ ਪ੍ਰੋਗਰਾਮਾਂ ਦੇ ਜਿਹੜੇ ਕਹਿੰਦੇ ਆ ਖੋਲੀਏ ਇਹਨਾਂ ਤੋਂ ਖੋਲੀਏ ਜਿਹੜੇ ਹੈਗੇ ਚਾਰ ਹਨਾ ਕੁਛ ਕੁ ਇਹੋ ਜਿਹੇ ਵੀ ਹੁੰਦੇ ਆ ਵੀ ਜਿਹੜੀ ਪੇਮੈਂਟ ਦੇ ਕੇ ਉਹ ਤੋਂ ਬਾਅਦ 'ਚ ਵੀ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਯਾਰ ਇਹਨੂੰ ਕੀ ਦੇ ਦੀ ਸਾਡਾ ਇਹਨੇ ਪ੍ਰੋਗਰਾਮ ਵਧੀਆ ਕਰਤਾ ਧੱਕੇ ਨਾਲ ਲੋਕ ਪੈਸੇ ਸਿੱਟ ਸਿੱਟ ਸਾਡੇ ਮਤਲਬ ਉਹ ਹੋ ਜਾਂਦਾ ਪਰ ਉਹ ਇੱਕ ਅੱਧੀ ਵਾਰੀ ਆਈ ਹੈ ਇਹੋ ਜਿਹੀ ਸਿਚੁਏਸ਼ਨ ਪਰ ਉਹ ਅਸੀਂ ਨਿਕਲ ਨੁਕਲ ਆਏ ਉਹ 'ਚੋਂ ਦੇਸੀ ਰੋਮੀਓ ਕੀਤਾ ਫਿਰ ਐ ਤਾਂ ਮੈਂ ਗਰੇਵਾਲ ਸਾਡੇ ਸੀ ਐਮ ਸਾਹਿਬ ਭਗਵੰਤ ਸਿੰਘ ਮਾਨ ਉਹਨਾਂ ਨਾਲ ਅਸੀਂ ਵੀ ਕੀਤੀ 2012 'ਚ ਉਹ ਪਤਾ ਨਹੀਂ ਕੀ ਕਾਰਨ ਹੋਏ ਆਈ ਨਹੀਂ ਉਹ ਆਈ ਨਹੀਂ ਪਰ ਬੜੀ ਵਧੀਆ ਸੀ ਉਹ ਮੈਲਬਰਨ ਟੂ ਮੋਗਾ ਟੂ ਮੈਲਬਰਨ ਵਾਇਆ ਚੰਡੀਗੜ੍ਹ ਮਤਲਬ ਮੈਂ ਆਪਣੇ ਤੌਰ 'ਤੇ ਤਾਂ ਇੱਕੋ ਕੀਤੀ ਕੁੜਮਾਈਆਂ ਠੀਕ ਹੈ ਉਹ ਵਧੀਆ ਰਹੀ ਫਿਰ ਦੂਜੀ ਸਾਡੀ ਮੈਂ ਬਾਈ ਜੀ ਵੀ ਦੀਆਂ ਸਮਾਵਾਂ ਵੀ ਲਈਆਂ ਸੀ ਇੱਕ ਫਿਲਮ ਤੂੰ ਮੇਰਾ ਕੀ ਲੱਗਦਾ ਅਤੇ ਉਹ ਕਰੋਨੇ 'ਚ ਸਾਡੀ ਉੜਝ ਗਈ ਉਸ ਸਮੇਂ ਦੇ ਵਿੱਚ ਅਤੇ ਜੇ ਮੂਡ ਹੋਵੇ ਬਣਾਤਾ ਅਸੀਂ ਸਵੇਰ ਨੂੰ ਸਕਦੇ ਹਾਂ ਪਰ ਅਜੇ ਹੈ ਨਹੀਂ ਰਾਤਾ ਜਦੋਂ ਮਰਜ਼ੀ ਉਨਾ ਚਿਰ ਗੱਲ ਬਣਾ ਕੋਈ ਵੀ ਕੰਮ ਨਹੀਂ ਹੁੰਦਾ ਮੂਡ 'ਤੇ ਅਜੇ ਦੇਖਾਂਗੇ ਕੀ ਹੁੰਦਾ ਠੀਕ ਹੈ ਚਲੋ ਗੱਲ ਤਾਂ ਇਹ ਆ ਸੰਤੁਸ਼ਟੀ ਦੀ ਗੱਲ ਆ ਜਿਹੜੇ ਬੰਦਾ ਸੰਤੁਸ਼ਟ ਆ ਆਪਣੇ ਦਾ ਆਪਾਂ ਨਜ਼ਾਰੇ ਨਾਲ ਕੰਮ ਕਰਦੇ ਹਾਂ ਬੇਸਿਕਲੀ ਹੁਣ ਹੈ ਨਾ ਜਿੱਥੇ ਸਵਾਦ ਜਿਹਾ ਲੈ ਕੇ ਐਵੇਂ ਉਵੇਂ ਮਰੀਜ਼ ਹੀ ਜਾਈਏ ਹਾਲੇ ਤੱਕ ਵੀ ਇੰਨਾ ਕੰਮ ਕਰਕੇ ਫਿਰ ਵੀ ਬੰਦੇ ਦੀ ਤ੍ਰਿਸ਼ਨਾ ਨਹੀਂ ਮੁੱਕਦੀ ਹੈ ਨਾ ਕਈ ਵਾਰੀ ਤੋ ਆਪਾਂ ਉਸ ਮਾਮਲੇ 'ਚ ਸੰਤੁਸ਼ਟ ਹਾਂ ਹੁਣ ਜੋ ਕੰਮ ਕਰਨਾ ਚਾਹੁੰਦੇ ਹਾਂ ਇੱਕ ਵਧੀਆ ਕੁਆਲਿਟੀ ਦਾ ਉਹਨਾਂ ਕੀ ਆ ਕਿ ਵਧੀਆ ਕਰੀਏ ਜਿੰਨਾ ਕੁ ਵੀ ਕਰੀਏ ਘੱਟ ਕਰ ਲਈਏ ਉਹਦੀ ਕੋਈ ਮਨ ਦੀ ਇੱਛਾ ਹੁੰਦੀ ਪਈ ਹੈ ਤਾਂ ਕਰ ਵਧੀਆ ਹਾਂ ਮਤਲਬ ਵਧੀਆ ਜਿੱਥੇ ਲੱਗਦਾ ਉੱਥੇ ਜੋ ਮਰਜ਼ੀ ਕਰਾ ਲਵੇ ਕੋਈ ਜਿੱਥੇ ਨਹੀਂ ਗੱਲ ਮਨ ਬਣਦੀ ਬਸ ਫਿਰ ਉੱਥੇ ਨਾ ਹੀ ਹੁੰਦੀ ਹੈ ਵੀ ਨਾ ਇਹ ਨਹੀਂ ਹੋਣਾ ਕੰਮ ਚਲੋ ਭਾਅ ਜੀ ਅਤੇ ਭਾਅ ਜੀ ਕੋਲ ਸਮੇਂ ਦੀ ਥੋੜ੍ਹੀ ਥੋੜ੍ਹ ਹੁੰਦੀ ਹੋਈ ਨਹੀਂ ਉਵੇਂ ਬਹੁਤ ਸਮੇਂ ਫਿਰ ਗੱਲ ਭਾਅ ਜੀ ਕੋਲ ਸਮੇਂ ਬਹੁਤ ਸੀਮਿਤ ਸੀਗਾ ਕਿਉਂਕਿ ਪਿੱਛੇ ਟੀਮ ਬੈਠੀ ਹੈ ਉਹਨਾਂ ਨੂੰ ਇਸ਼ਾਰਾ ਕਰ ਰਹੀ ਹੈ ਤਾਂ ਕਰਕੇ ਬਸ ਹੁਣ ਲਾਸਟ ਸਵਾਲ 'ਤੇ ਹੋਣੇ ਭਾਅ ਜੀ ਇੰਟਰਵਿਊ ਕਿਵੇਂ ਦੀ ਲੱਗੀ ਇੰਟਰਵਿਊ ਵਧੀਆ ਲੱਗੀ ਇੰਟਰਵਿਊ ਗੁੱਡ ਲੱਗੀ ਕਿਤੇ ਕਿਤੇ ਜਿਹੜਾ ਤੁਸੀਂ ਵਿੱਚ ਸੋਚ ਚਾਪ ਚਲੇ ਜਾਂਦੇ ਹੋ ਮੈਨੂੰ ਲੱਗਿਆ ਵੀ ਕਿਤੇ ਕੋਈ ਗੱਲ ਮਤਲਬ ਤੁਹਾਨੂੰ ਤਾਂ ਨਹੀਂ ਕੋਈ ਚੋਵੀ ਗੱਲ ਸਾਡੀ ਨਹੀਂ ਨਹੀਂ ਭਾਅ ਜੀ ਮੈਨੂੰ ਕੀ ਚੁਬਣੀ ਮੈਂ ਤਾਂ ਤੁਸੀਂ ਜ਼ਿਆਦਾ ਸੀਰੀਅਸ ਹੋ ਗਏ ਸੀ ਨਾ ਵੀ ਅੱਛਾ ਨਹੀਂ ਨਹੀਂ ਲੱਗਦਾ ਵੀ ਜਿਵੇਂ ਤੇਰੇ 'ਤੇ ਲੱਗ ਗਈ ਕੋਈ ਗੱਲ ਉਹ ਮੈਂ ਤਾਂ ਸੋਚਦਾ ਕਈ ਵਾਰੀ ਅਸੀਂ ਤਾਂ ਸਹਿਜ ਸੁਭਾਅ ਬੋਲ ਜਾਂਦੇ ਹਾਂ ਉਹ ਕਈ ਵਾਰੀ ਲੱਗ ਜਾਂਦੇ ਨਹੀਂ ਨਹੀਂ ਭਾਅ ਜੀ ਸੱਚੀ ਵਧੀਆ ਇੰਟਰਵਿਊ ਮੇਰਾ ਤਾਂ ਜਿਵੇਂ ਆਪਾਂ ਇਕੱਠੇ ਬੈਠ ਕੇ ਕੀਤੀ ਆ ਉਹ ਤਾਂ ਅਲੱਗ ਹੁੰਦਾ ਕਿਹੜੇ ਪਿੰਡੋ ਜੀ ਆਏ ਜੀ ਉਹਦੇ ਤਾਂ ਬਿਲਕੁਲ ਅੱਜ ਦਾ ਹਟ ਕੇ ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਟਾਈਮ ਕਿੰਨਾ ਹੋ ਗਿਆ ਕਿੰਨਾ ਨਾ ਇੰਟਰਵਿਊ ਕਰ ਰਿਹਾ ਕਿ ਵੈਸੇ ਗੱਲਾਂ ਨੋਰਮਲੀ ਕਰ ਰਿਹਾ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਫਿਰ ਤਾਂ ਸਕਸੈਸਫੁਲ ਹੋ ਗਈ ਇੰਟਰਵਿਊ ਭਾਅ ਜੀ ਇਸ ਕੈਮਰੇ 'ਚ ਆ ਵਾਈਡ ਹੈ ਇਹਦੇ ਵਿੱਚ ਦੇਖ ਕੇ ਬੋਲਣਾ ਇਹੋ ਜਿਹੀਆਂ ਹੋਰ ਘੈਂਟ ਇੰਟਰਵਿਊਜ਼ ਦੇਖਦੇ ਰਹਿਣ ਲਈ ਤੁਸੀਂ ਵੇਖਦੇ ਰਹੋ ਪਿਟਾਰਾ ਅਨਫਿਲਟਰ ਅਤੇ ਇਹੋ ਜਿਹੀ ਹੋਰ ਘੈਂਟ ਇੰਟਰਵਿਊ ਦੇਖਣ ਲਈ ਤੁਸੀਂ ਦੇਖਦੇ ਰਹੋ ਪਿਟਾਰਾ ਅਨਫਿਲਟਰ ਅਤੇ ਨਾਲ ਪਿਟਾਰਾ ਟੀ ਵੀ ਦਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਓ ਬਸ ਡਨ ਹੋ ਗਿਆ ਡਨ ਥੈਂਕ ਯੂ ਜੀ ਓਕੇ ਮਿਹਰਬਾਨੀ